ਨਿਮਰਤਾ ਦੇ ਵਿੱਚ ਬੋਲੇ ਨੇ, ਇਹੀ ਵਿਦਵਤਾ ਹੁੰਦੀ ਹੈ ਜੋ ਪਿਆਰ ਦੇ ਵਿੱਚ ਕੋਈ ਚਾਰ ਸ਼ਬਦ ਅਸੀਂ ਕਹਿਣੇ ਹੁੰਦੇ ਨੇ। ਔਰ ਕਿਉਂਕਿ ਇਹ ਬਖਸ਼ੇ ਹੋਏ ਦਰਗਾਹ ਤੋਂ ਬਖਸ਼ੇ ਹੋਏ ਫਕੀਰਾਂ ਦੀ ਇਹ ਗੱਦੀ ਚੱਲ ਰਹੀ ਹੈ ਜੋ ਰੋੜੇਵਾਲ ਸਾਹਿਬ। ਸੋ ਸਾਧ ਸੰਗਤ, ਬਹੁਤ ਇਹ ਅਮੋਲਕ ਸਮਾਂ, ਕੀਮਤੀ ਸਮਾਂ। ਔਰ ਨਾਲ ਇੱਕ ਬੇਨਤੀ ਕਰਦੇ ਹਾਂ ਕਿ ਪਹਿਲਾਂ ਸੰਤ ਮਹਾਰਾਜ ਸਾਹਿਬ ਸਿਰਸਰ ਸੋੜਾ ਸਾਹਿਬ ਵਾਲਿਆਂ ਦੇ ਉਹ ਖੜਾਏ ਹੋਏ ਨੇ ਸੱਜਣ, ਹੁਣ ਮੌਕੇ 'ਤੇ ਜੋ ਮੌਜੂਦਾ ਸੰਤ ਮਹਾਰਾਜ ਜੀ ਨੇ, ਇਹਨਾਂ ਨੇ ਉਹੀ ਉਹਨਾਂ ਦੀ ਡਿਊਟੀ ਰੱਖੀ ਹੋਈ ਹੈ। ਫਿਰ ਨਾਲ ਹੋਰ ਵੀ ਵਡਿਆਈ ਹੈ ਉਹਨਾਂ ਦੀ ਕਿ ਉਹ ਸਿਉੜਾ ਸਾਹਿਬ ਜੋ ਸਾਡੇ ਵਾਰ 'ਤੇ ਇੱਕ ਤੀਰਥ ਰੂਪ ਨਗਰ ਹੈ ਜਿੱਥੇ ਮਹਾਰਾਜ ਸਾਹਿਬ ਜੀ ਦਾ ਆਗਮਨ ਹੋਇਆ, ਉਸ ਨਗਰ ਦੇ ਨੇ ਜਿਨ੍ਹਾਂ ਦੀ ਡਿਊਟੀ ਸਿਉੜਾ ਸਾਹਿਬ ਵਾਲੇ ਉਹ ਸੱਜਣਾਂ ਦੀ ਨਗਰ ਚੰਡੀਗੜ੍ਹ ਸਿਉੜਾ ਸਾਹਿਬ ਫੌਜੀ ਜੈ ਸਿੰਘ ਜੀ, ਔਰ ਉਹ ਨਾਲ ਉਹਨਾਂ ਦਾ ਪੂਰਾ ਜਥਾ ਹੈ ਸਿਉੜਾ ਸਾਹਿਬ ਤੋਂ। ਔਰ ਬੜੇ ਕਿੰਨਾ ਹੀ ਸਮਾਂ ਹੋ ਗਿਆ ਉਹਨਾਂ ਸਾਡੀਆਂ ਗੱਡੀਆਂ ਨੂੰ, ਕਿੰਨੀਆਂ ਕਿੰਨੀਆਂ ਕੀਮਤੀ ਨੇ, ਉਹਨਾਂ ਦੇ ਵਿੱਚ ਕਿੰਨੀਆਂ ਕਿੰਨੀਆਂ ਕੀਮਤੀ ਵਸਤੂਆਂ ਵੀ ਲੱਗੀਆਂ ਹੁੰਦੀਆਂ ਨੇ। ਅੱਜ ਗੱਡੀਆਂ ਜਿਹੜੀਆਂ ਆਮ ਨਹੀਂ ਹੈਗੀਆਂ, ਉਹਨਾਂ ਦੀ ਸੰਭਾਲ ਕਰਦੇ ਨੇ ਪਾਰਕਿੰਗ ਦੇ ਵੀ, ਪਾਰਕਿੰਗ ਦੇ ਵਿੱਚ ਜੋ ਡਿਊਟੀ ਹੈ ਮੇਨ ਪਾਰਕਿੰਗ ਹੈ ਡਿਊਟੀ ਦੇ ਨਾਲ, ਉਹਨਾਂ ਵੱਲੋਂ ਬੇਨਤੀ ਆਈ ਹੈ ਸਰਬੱਤ ਸੰਗਤਾਂ ਵਾਸਤੇ, ਹੱਥ ਬੰਨ ਕੇ ਕਹਿੰਦੇ ਕਿ ਜਿੱਥੇ ਅਸੀਂ ਕਹਿੰਦੇ ਹਾਂ ਉੱਥੇ ਗੱਡੀ, ਉਹਦੇ ਵਿੱਚ ਉਹਨੂੰ ਵੀ ਸਹੂਲਤ ਹੈ ਸਾਨੂੰ ਵੀ ਸਹੂਲਤ ਹੈ, ਗੱਡੀ ਨੂੰ ਖੜਾਉਣ ਦਾ, ਗੱਡੀ ਨੂੰ ਉੱਥੋਂ ਲੈ ਕੇ ਜਾਣ ਦਾ, ਇਹ ਬਈ ਆਪਾਂ ਸਾਰਿਆਂ ਦਾ ਹੀ ਬਣਦਾ ਹੈ। ਜਿਹੜੇ ਖੜਾਈ ਸੰਤ ਮਹਾਰਾਜ ਜੀ ਵੱਲੋਂ ਹੋਏ ਨੇ ਉਹ ਵੀ ਕਿਸੇ ਗੱਲ ਕਰਕੇ ਖੜ੍ਹੇ ਨੇ ਸਾਨੂੰ, ਔਰ ਸਾਡੀ ਸੰਭਾਲ ਦੇ ਵਿੱਚ, ਸਾਡੀ ਰੱਖਿਆ ਸੁਰੱਖਿਆ ਦੇ ਵਿੱਚ ਖੜ੍ਹੇ ਨੇ, ਉਹਨਾਂ ਦਾ ਕਹਿਣਾ ਮੰਨਣਾ ਅਤੀ ਜ਼ਰੂਰੀ ਹੈ। ਮੈਂ ਆਸ ਕਰਦਾ ਸਾਰਿਆਂ ਵਾਸਤੇ ਕਿ ਮੇਰੀ ਬੇਨਤੀ ਨੂੰ ਕਬੂਲ ਕਰੋਗੇ, ਉਹ ਜਿਵੇਂ ਜਿਵੇਂ ਗੱਡੀਆਂ ਉੱਥੇ ਖੜਾਉਂਦੇ ਨੇ ਸਾਡਾ ਧਰਮ ਬਣਦਾ ਉਹਨਾਂ ਦੇ ਮੁਤਾਬਕ ਆਪਦੀ ਗੱਡੀ ਨੂੰ ਪਾਰਕ ਕਰਨਾ। ਨਾਲ ਇੱਕ ਬੀਬੀ ਭੈਣ ਦਾ ਥੋੜ੍ਹਾ ਜਿਹਾ ਭਾਵੇਂ ਸਾਰੇ ਹੀ ਦੇਖ ਲਓ, ਇੱਕ ਪਾਸੇ ਆਪਦੇ ਕੰਨ ਨੂੰ ਹੱਥ ਲਾ ਕੇ, ਬੜਾ ਕੀਮਤੀ ਗਹਿਣਾ ਹੈ ਕੰਨ ਦਾ ਬੀਬੀ ਭੈਣ ਦਾ ਕਿਸੇ ਮਾਤਾ ਦਾ, ਉਹ ਹੁਣ ਇਸ ਵੇਲੇ ਮੇਰੀ ਜੇਬ 'ਚ ਹੈ, ਮੇਰੇ ਕੋਲ ਆਇਆ, ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਬਈ। ਇਹ ਕਿਹੜਾ ਹੁਣ ਕਿੰਨਾ ਮਹਿੰਗਾ ਹੋ ਚੁੱਕਿਆ ਜਿਹੜਾ ਸੋਨਾ, ਆ ਮਾੜੇ ਜਿਹੇ ਆਪਦੇ ਕੰਨ ਨੂੰ ਵੀ ਦੇਖ ਲਿਓ, ਸੰਤ ਮਹਾਰਾਜ ਜੀ ਕੋਲ ਹੁਣ ਪਤਾ ਹੀ ਆ ਆਪ ਨੂੰ ਕਿੰਨੀ ਕਿੰਨੀ ਭੀੜ ਹੋ ਜਾਂਦੀ ਹੈ, ਸੰਗਤ ਦੀ ਇਕੱਤਰਤਾਈ ਹੋ ਜਾਂਦੀ ਹੈ। ਮੈਂ ਨਾਲ ਬੇਨਤੀ ਵੀ ਕਰਦੇ, ਇਵੇਂ ਜੇਕਰ ਸਮਾਧਾਂ 'ਤੇ ਹੁੰਦਾ ਉਦੋਂ ਅਸੀਂ ਆਪ ਉਹ ਦਰਸ਼ਨਾਂ ਦੇ ਵਿੱਚ ਉਹਨਾਂ ਦੇ ਬਚਨਾਂ 'ਚ ਖੋ ਜਾਂਦੇ ਹਾਂ, ਤਾਂ ਉਦੋਂ ਆਪਦੀਆਂ ਆਹ ਜਿਹੜੀਆਂ ਵਸਤੂਆਂ ਨੇ ਕੀਮਤੀ, ਇਹਨਾਂ ਦਾ ਵੀ ਨਾਲ ਆਪਾਂ ਧਿਆਨ ਕਰਿਆ ਕਰੀਏ ਤਾਂ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇਹ ਮੇਰੀ ਬੇਨਤੀ ਇਹ ਵੀ ਆਪ ਨੂੰ ਕਿ ਜੇ ਆਪਾਂ ਇਹਨਾਂ ਨੇ ਮਹਿੰਗੀਆਂ ਵਸਤੂਆਂ ਪਹਿਣ ਦੇ ਵੀ ਹਾਂ, ਉਹਨਾਂ ਦਾ ਉਹਨਾਂ ਨੂੰ ਸੰਭਾਲਣਾ ਵੀ ਫਿਰ ਸਾਡਾ ਬਣਦਾ। ਸੋ ਸੰਤ ਮਹਾਰਾਜ ਸਾਹਿਬ ਜੀ ਪਾਸੋਂ ਹੁਣ ਆਪਾਂ ਸਾਰੀ ਜਿੰਨੀ ਵੀ ਆਪਾਂ ਸੰਗਤ ਆਈ ਹੈ ਸਟੇਜ ਵੱਲੋਂ, ਪ੍ਰਬੰਧਕਾਂ ਵੱਲੋਂ ਸੰਤ ਮਹਾਰਾਜ ਜੀ ਨੂੰ ਸੱਚਖੰਡ ਅੰਗੀਠਾ ਸਾਹਿਬ ਵਿਖੇ ਦੀਵਾਨ ਹਾਲ 'ਚ ਪਹੁੰਚਣ 'ਤੇ ਜੀ ਆਇਆਂ, ਜੀ ਆਇਆਂ, ਜੀ ਆਇਆਂ ਨਾਲ ਸਿਨਮਰ ਬੇਨਤੀ ਹੈ ਕਿ ਆਪਣੇ ਨਿੱਜ ਆਸਣ 'ਤੇ ਸਵਾਏਵਾਨ ਹੋ ਕੇ ਖੁੱਲ੍ਹੇ ਦਰਸ਼ਨਦਾਰ ਉਹਦਾ ਔਰ ਕਥਾ ਕੀਰਤਨ ਦਾ ਆਨੰਦ ਵਰਤਾਓ ਮਹਾਰਾਜ ਜੀ। ਉਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।
ਤਾਜ਼ਾ ਹੋਇਆ ਪਹਿਲਾਂ ਅੱਜ ਹੁਕਮ ਥੋੜ੍ਹਾ ਸਮਾਂ Thank you.
ਜੈ ਸਤਿਕਰਤਾਰ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ ਤਿਸਕੈ ਸੰਗ ਸਿੱਖੀ ਉਦਰਹਿ ਨਾਨਕ ਹਰ ਗੁਣ ਗਾਓ ਹਾਮਰੀ ਗਣਤ ਨ ਗਣੀਆ ਕਾਈ ਹਾਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਤ ਪਛਾਣ ਹੱਥ ਦੇ ਰੱਖੇ ਆਪਣੇ ਕੋ ਸਦਾ ਸਦਾ ਰੰਗ ਮਾਣ ਸੱਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਂ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤ ਕੁਰਬਾਨ ਜਿਹੜੀ ਮਾਤਾ ਦੇ ਉਦਰ ਵਿੱਚ ਪਲਿਆ ਉਹਨੂੰ ਕਿਉਂ ਵਸਾਰੇਗਾ ਭਲਾ ਜਿਹੜੀ ਮਾਈ ਦੇ ਉਦਰ ਵਿੱਚ ਪਲਿਆ
ਕਿਉਂ ਵਸਾਰੇਗਾ ਭੁਲਾ ਜਿਹੜੀ ਮਾਂ ਦੇ ਉਧਰ ਵਿੱਚ ਪੜਦੇ ਉਧਰ ਵਿੱਚ ਪੜਿਆ ਉਹਨੂੰ ਕਿਉਂ ਵਸਾਰੇਗਾ ਭਲਾ ਜਿਹੜੀ ਮਾਤਾ ਦੇ ਉਧਰ ਵਿੱਚ ਪੜਿਆ ਉਹਨੂੰ ਕਿਉਂ ਵਸਾਰੇਗਾ ਭਲਾ ਜਿਹੜੀ
ਮਾਈ ਦੇ ਉਦਰ ਵਿੱਚ, ਮਾਈ ਉਦਰ ਵਿੱਚ ਪੜਦੈ, ਉਹਨੂੰ ਕਿਉਂ ਵਸਾਰੇ ਗਾਫਲਾ ਜਿਹੜੀ ਮਾਤਾ ਦੇ ਉਦਰ ਵਿੱਚ ਪਲਿਆ, ਉਹਨੂੰ ਕਿਉਂ ਵਸਾਰੇ ਗਾਫਲਾ। ਵਾਹਿਗੁਰੂ ਸਤਿਨਾਮ ਕਉ ਬੰਧਨ ਬਾਰੰਬਾਰ, ਬੰਧ ਨਿਕੰਦਨ ਸੁਖ ਸੰਦਨ ਹਟ ਮਰਦਿਨ ਨਿਰਧਾਰ। ਉਸ ਮਾਲਕ ਦੇ ਗੁਣ ਗਾਉਣੇ, ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦੇ ਆਦਿ ਗੁਰੂ ਗੁਰੂ ਨਾਨਕ ਸਾਹਿਬ, ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰਕ ਹੈ ਮੂਰਤ ਹੈ ਜਾਂ ਗਾਇਓ, ਲੋਕ ਸੁਣਿਓ ਪਰਲੋਕ ਸੁਣਿਓ ਵਿਦਲੋਕ ਸੁਣਿਓ, ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਫਿਰ ਆਦਿ ਗੁਰੂਆਂ ਦਾ ਨਾਮ, ਗੁਰੂ ਨਾਨਕ ਸਾਹਿਬ ਦਾ ਮੁੱਢ ਜਿੱਥੋਂ ਬੰਨਿਆ ਗਿਆ। ਅੱਜ ਅਸੀਂ ਜਿਹੜੀਆਂ ਕੀਮਤੀ ਜ਼ਿੰਦਗੀਆਂ ਜਾਨਾਂ ਲਈ ਫਿਰਦੇ ਹਾਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਸਾਡੇ ਵਾਸਤੇ, ਕਲਯੁਗੀ ਜੀਵਾਂ ਵਾਸਤੇ ਨਾਮ ਲੈ ਕੇ ਆਉਣਾ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ। ਚਲੋ ਜੀ, ਚੱਲੀ ਜਾਂਦਾ ਹੁਣ। ਅੱਜ ਅਸੀਂ ਜਿਹੜਾ ਸੋਚਾਂ 'ਤੇ ਚੱਲਦੇ ਹਾਂ, ਕਿਤਨੀਆਂ ਕੁ ਸੋਚਾਂ ਸੋਚੀ ਜਾਵਾਂਗੇ। ਸੋਚ ਲਓ, ਪਰ ਇਹਦੇ ਨਾਲ ਕੁਛ ਨਹੀਂ ਬਣਨਾ। ਇੱਕ ਡਾਢੇ ਦੇ ਨਾਲ ਪ੍ਰੀਤ ਪਾਉਣੀ, ਰਾਮ ਜੀ ਰੱਬ ਨਾਲ, ਵਾਹਿਗੁਰੂ ਨਾਲ, ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦੇ ਨਾਲ। ਤੂੰ ਡਾਢਾ ਬੇਪਰਵਾਹ, ਉਹ ਮਾਲਕ ਬੇਪਰਵਾਹ ਹੈ ਜਿਹਦੇ ਨਾਲ ਅਸੀਂ ਪ੍ਰੀਤ ਪਾਈ ਹੋਈ ਹੈ। ਤੂੰ ਡਾਢਾ ਬੇਪਰਵਾਹ, ਕੁਦਰਤਾਂ ਤੇਰੀਆਂ, ਮਨ ਵਿਸਮਾਦ ਹੋ ਗਿਆ ਦੇਖ ਕੇ ਕੁਦਰਤਾਂ ਤੇਰੀਆਂ। ਤੇਰੀ ਕੁਦਰਤ ਕੇਵਲ ਹਾਰੇ, ਕੁਦਰਤ ਕਰਕੇ ਵਸਿਆ, ਕੁਦਰਤ ਕਰਕੇ ਵਸਿਆ ਸਾਰਾ ਸੰਸਾਰ ਜਹਾਨ ਜੱਗ। ਮੈਂ ਤਾਂ ਦੇਖਿਆ ਜਹਾਨ ਜੱਗ ਢੂੰਡ ਕੇ,
ਤੇਰੇ ਜੈਸਾ ਆ ਗੁਰੂ ਨਾਨਕ ਤੇਰਾ ਦਰ ਇਹੋ ਜਿਹਾ, ਤੇਰੇ ਨਾਮ ਦੇ ਰੱਸੀਆਂ ਦਾ ਦਰ ਇਹੋ ਜਿਹਾ, ਸਾਡੇ ਕੰਗਣਵਾਲ ਤੋਂ ਮਾਸਟਰ ਜੀ ਬੋਲੇ ਨੇ ਕਿ ਜਰੇ ਜਰੇ ਦੇ ਵਿੱਚੋਂ ਨਾਮ ਦੀ ਆਵਾਜ਼ ਆਉਂਦੀ ਹੈ, ਕਣ ਕਣ ਦੇ ਵਿੱਚੋਂ ਇੱਕ ਕਣ ਹੈ ਉਹਦੇ 'ਚੋਂ ਨਾਮ ਦੀ ਆਵਾਜ਼ ਆ ਰਹੀ ਹੈ। ਨਾਮ ਦੇ ਤੁਲ ਕੋਈ ਹੋਰ ਸਮਾਨ, ਬਰਾਬਰ ਸਮਾਨਤਾ ਵਾਲਾ ਕੋਈ ਹੋਰ ਵਸਤੂ ਹੈ ਨਹੀਂ ਹੈ ਨਾਮ ਦੇ। ਤੇਰੇ ਨਾਮ ਦੇ ਬਰਾਬਰ ਹੈ ਨਾ ਕਿੰਨਾ ਕਸੀ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੋਂ। ਕਹਿੰਦੇ ਬਾਕੀ ਵਸਤੂਆਂ ਮਿੱਠੀਆਂ ਜ਼ਰੂਰ ਨੇ, ਪਰ ਜਿਹੜਾ ਤੇਰਾ ਨਾਮ ਹੈ ਨਾ, ਇਹ ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚਾ ਕੇ ਆਪਦੇ ਪਾਸ ਲੈ ਆਉਂਦਾ, ਮਨ ਨਿਮਰਤਾ 'ਚ ਆ ਜਾਂਦਾ ਹੈ। ਸੱਚੇ ਹਨ ਪਾਤਸ਼ਾਹ ਜਿਹੜੇ ਨਾਮ ਜਪਦੇ ਸੀ, ਨਾਮ ਦੇ ਵਿੱਚ ਰੰਗੇ ਹੋਏ, ਉਹਨਾਂ ਦੀ ਉਸਤਤ ਸੋਭਾ ਜਸ ਵਡਿਆਈ, ਸੰਤ ਖਾਲਸਾ ਦਲ ਮਹਾਂਪੁਰਖ ਸਿੱਧ ਸਰ ਸਿਹੋੜਾ ਰੋੜੇ ਵਾਲੀਏ ਬਾਬਾ ਪੂਰਨ ਦਾਸ ਜੀਆਂ ਦੇ ਸ਼ੇਸ਼ ਆ ਧਰਤੀ 'ਤੇ ਕਰਿਆ ਕਰਦੇ ਸੀ ਸਾਧੂਆਂ ਦੀ ਮਹਿਮਾ। ਸੰਤਨ ਕੀ ਮਹਿਮਾ ਕਾਵਨ ਵਿਖਾਨੋ, ਅਗਾਧ ਬੋਧ ਕੁਛ ਮਿਤ ਨਹੀਂ ਜਾਣੋ। ਐਸੀ ਸੋਭਾ ਸਾਧ ਕੀ ਸੋਭਾ ਸਾਧਵਾਂ ਨੇ ਆਈ, ਚਲੋ ਜੀ ਮੈਂ ਸੰਤਾਂ ਦੇ ਆਈ। ਆਹ ਦਰ ਤੋਂ ਲੈ ਕੇ ਸੰਸਾਰ ਦੇ ਕੋਨੇ ਕੋਨੇ 'ਚ ਦੀਵਾਨ ਸਜਾ ਦਿੱਤੇ, ਪਰ ਨਾਲ ਨਾਲ ਜਿਹਨੂੰ ਬਾਬਾ ਪੂਰਨ ਦਾਸ ਜੀਆਂ ਦੇ ਨਾਲ ਹਮਜਾ ਉਸ ਸਮੇਂ ਦੇ ਤਪੀਸ਼ਰ, ਮਹਾਨ ਤਪੀਸ਼ਰ, ਹਠੀਸ਼ਰ, ਖੜੀਸ਼ਰ, ਖੜ ਕੇ ਤਪ ਕਰਨ ਵਾਲਾ ਮੁਨੀ ਰਾਧਾ ਰਾਮ ਜੀ, ਇਹੋ ਜਿਹੇ ਫਕੀਰਾਂ ਦੀ ਜਿਨ੍ਹਾਂ ਦੀ ਮੇਰਾ ਸਾਹਿਬ ਮੰਨਦਾ ਗੁਰੂ ਨਾਨਕ ਸਾਹਿਬ, ਮੈਂ ਉਹਨਾਂ ਸੰਤਾਂ ਤੋਂ ਉਹਨਾਂ ਨੂੰ ਮੇਰੀ ਨਾਮਸ਼ਕਾਰ ਹੈ ਸੰਤਾਂ ਨੂੰ। ਕਿਤਨੇ ਇਸ ਵਕਤ ਸਾਧੂ ਜਪ ਤਪ ਕਰਦੇ ਨੇ, ਸਭ ਚੰਗੇ ਨੇ ਸਾਰੇ, ਹਮ ਐਲੇ ਤੁਮ ਉਜਲ ਕਰਦੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਾਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ ਮਾਧੋ, ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ, ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਣਾ, ਨਿਰਗੁਣ ਯਾਰੇ ਗੁਣ ਨਹੀਂ ਕੋਈ, ਤੁਮ ਦਾਨ ਦਿਓ ਮਿਹਰਬਾਨਾ, ਵਾਹ ਵਾਹ ਕਿਰਪਾ ਕਰਕੇ ਮੈਨੂੰ ਨਾਮ ਦੇ ਦਿਓ।
ਉਸ ਤੋਂ ਪਹਿਲਾਂ ਕੀ ਹੈ ਤੇਰੀ ਸੋਭਾ ਉਸਤ ਵਡਿਆਈ, ਤੇਰਾ ਜਿਹੜਾ ਜਾਸ ਹੈ ਮੈਂ ਉਹ ਵੇਦਾਂ ਨੇ ਵੀ ਗਾਇਆ ਹੈ। ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਬੇਨਤੀ ਹੈ, ਐ ਮਹਾਂਪੁਰਖੋ, ਐ ਤਤ ਵੇਤਿਓ, ਜਿਹੜੀ ਮੇਰੀ ਰਹਿੰਦੀ ਹੈ ਉਹ ਆਪਦੇ ਚਰਨਾਂ ਦੇ ਵਿੱਚ ਨਿਭਾ ਲਿਓ। ਇੱਕ ਅੱਖੇ ਰੇਤੇ ਦੀ ਦੀਵਾਰ ਉਸਰ ਰਹੀ ਹੈ, ਪਤਾ ਨਹੀਂ ਹੁੰਦਾ ਕਦੋਂ ਪਾਉਣ ਦਾ ਬੁਲਾ ਆ ਜਾਂਦਾ, ਡਿੱਗ ਜਾਂਦੀ ਹੈ, ਉਹਨੂੰ ਫੇਰ ਉਸਾਰੀਏ ਫੇਰ ਗਿਰ ਜਾਂਦੀ ਹੈ, ਸਿਰੇ ਨਹੀਂ ਚੜ੍ਹਦੀ ਰੇਤ ਦੀ ਕੰਧ। ਹੋ ਤੁਮਰੀ ਕਰੋ ਨਿਤ ਆਸਾ, ਮੈਂ ਆਸ ਕਰਦਾ ਬਾਬਾ ਫਰੀਦ ਜੀਆਂ ਨੇ ਵੀ ਆਸ ਕੀਤੀ, ਕੀ ਕਹਿ ਰਹੇ ਨੇ ਕਾਗ ਨੂੰ ਕਹਿ ਰਹੇ ਨੇ, ਕਾਗਾ ਆਸਾਂ ਕਰ ਕਰ ਜੀਵਾ, ਮੈਂ ਦਿਨ ਰਾਤ ਆਸਾਂ ਕਰ ਕਰ ਜੀਵਾ, ਆਸਾਂ ਕਰ ਕਰ ਜੀਵਾ, ਆਸਾਂ ਕਰ ਕਰ ਜੀਵਾ, ਕਰ ਕਰ ਜੀਵਾ ਪ੍ਰੀਤਮਾ, ਆਸਾਂ ਕਰ ਕਰ ਜੀਵਾ, ਆਸਾਂ ਕਰ ਕਰ ਜੀਵਾ, ਕਰ ਜੀਵਾ, ਆਸਾਂ ਕਰ ਕਰ ਜੀਵਾ, ਆਸਾਂ ਕਰ ਕਰ ਜੀਵਾ, ਆਸਾਂ ਕਰ ਕਰ ਜੀਵਾ,
ਦਿਨੋਂ ਬਹੁਤ ਜੁਗ ਬੀਤ ਗਏ ਅਸਾਂ ਹਰ ਦਿਨ ਬਹੁਤ ਜੁਗ ਬੀਤ ਗਏ ਅਸਾਂ ਕਾ ਕਰਕੇ ਜੀ ਮੇਲ ਲਵ ਹੁਣ ਕਿਰਪਾ ਕਰਕੇ ਜੀ ਮੇਲ ਲਵ ਵਰਮਾ ਜੀ ਦੀ ਵੀ ਆਉਂਦੀ ਹੈ। ਕਿਤਨਾ ਸਮਾਂ ਹੋ ਗਿਆ ਮਾਣ 'ਚ ਆ ਗਏ ਸੀ, ਗੁਰਸਿੱਖ ਵੀਰ ਸਾਧੂ ਸੰਤ ਪੜ੍ਹਦੇ ਨੇ ਬੜੇ ਪਿਆਰ, ਤੇਰਾ ਮਾਣ ਨਹੀਂ ਗੁਰਾਂ ਨੂੰ ਭਾਉਂਦਾ, ਵੱਡੇ ਵੱਡੇ ਖਾਲੇ ਮਾਣ ਨੇ, ਬੜੇ ਹੰਕਾਰੀ ਦੁਰਯੋਧਨ ਜੈਸੇ। ਅੱਛਾ ਖਤਮ ਹਰਨਾਕਸ਼ ਜੈਸੇ, ਉਹ ਵੀ ਖਤਮ
ਹਰ ਜੀਉ ਹੰਕਾਰ ਨਾ ਪਾਵੇ। ਫਿਰ ਕੌਣ ਕਹਿੰਦਾ? ਵੇਦ ਕਹਿੰਦੇ ਨੇ, ਕੂਕਾਂ ਮਾਰ ਮਾਰ ਕੇ ਪੁਕਾਰ ਪੁਕਾਰ ਕੇ ਕਹਿ ਰਹੇ ਨੇ, ਕਹਿੰਦੇ ਤੇਰਾ ਹੰਕਾਰ ਨਹੀਂ ਪਾਉਂਦਾ, ਹਰ ਜੀਉ ਹੰਕਾਰ ਨਾ ਪਾਵੇ। ਕੂਕਾਂ ਮਾਰ ਕੇ ਵੇਦ ਸੁਣਾਉਂਦੇ ਨੇ, ਕੀ ਕਹਿੰਦੇ ਨੇ? ਵੱਡੇ ਵੱਡੇ ਖਾਲੇ ਮਾਣ ਨੇ, ਤੇਰਾ ਮਾਣ ਨਹੀਂ ਗੁਰਾਂ ਨੂੰ ਪਾਉਂਦਾ। ਵੇਦ ਕੂਕਾਂ ਮਾਰ ਕੇ ਸੁਣਾਉਂਦੇ ਨੇ, ਹੋਰ ਬਦਲ ਲਿਆਓ। ਤੈਨੂੰ ਪਤਾ ਹੈ ਮਹਾਂਪੁਰਖਾਂ ਦਾ ਢਲਕਈਆ ਸੀ ਇਹ, ਕਿਤੇ ਖੜਾ ਕੇ ਵੀ ਕਿਹਾ ਸੀ, ਹੋਰ ਬਹੁਤ ਪਈਆਂ ਨੇ ਮਰਦੰਗਾਂ, ਇਹ ਕੋਈ ਸਿਖਰ ਚੱਕਵਾਂ ਸੀ। ਬਲਜਿੰਦਰ ਸਿੰਘ ਉਹ ਸਮੇਂ ਦੀਆਂ ਧੁਨਾਂ ਵੱਜੀਆਂ ਹੋਈਆਂ, ਮਲੇਰਕੋਟਲੇ ਦਾ ਦੀਵਾਨ ਜਾਂ ਹੋਰ ਕਿਹੜਾ ਥੋੜ੍ਹੇ ਨੇ ਜਾਂ ਕਿੱਥੇ ਦਾ ਸੀ, ਮਾਸਤੂਆਣਾ ਨਵਾਂ ਮਾਸਤੂਆਣਾ, ਅਸੀਂ ਦੋਏ ਜਾ ਰਹੇ ਹਾਂ ਗੱਡੀ 'ਚ, ਕੰਟੈਕਸਾ ਗੱਡੀ ਹੈ, ਰਜਿੰਦਰ ਸਿੰਘ ਚਲਾ ਰਿਹਾ, ਮੈਂ ਗੜਬਈ, ਚਲੀਸਾ ਚੱਲ ਰਿਹਾ, ਕਿਹੜਾ ਹਰੇਕ ਨੂੰ ਦੱਸ ਦਿੱਤੀ, ਗਤਾਂ ਦੱਸਦੇ ਜਾਂਦੇ ਨੇ, ਅੱਜ ਆਹ ਮੈਂ ਵਜਾਊਂ ਤੂੰ ਆਹ ਵਜਾਈ, ਤੇਰੇ ਨਾਲ ਹੋਰ ਵਜਾਊਗਾ, ਮਾਇਆ ਫੇਰੀ ਰਾਮ। ਚਲੋ ਹੁਣ ਮੈਂ ਅੱਜ ਇਕੱਠੇ ਹੋਏ ਵੀ ਨੇ ਦੋਏ, ਜੋਗਾ ਸਿੰਘ ਵੀ ਉਸ ਵਕਤ ਮਹਾਂਪੁਰਖਾਂ ਦੇ ਨਾਲ ਰਹੇ, ਉਹ ਭਾਵ ਖੰਡਣੇ 'ਤੇ ਹੈ। ਮੈਂ ਕਿਹਾ ਸਾਰਿਆਂ ਨੂੰ ਖਿੱਚ ਲਿਆਊਂਗਾ ਹੌਲੀ ਹੌਲੀ, ਇਸ ਸਟੇਜ 'ਤੇ ਹੰਸਾਂ ਆਸ ਕਰਦੇ ਨੇ ਬਾਬਾ ਫਰੀਦ ਜੀ ਕੋਈ ਆਸ ਕਾਗਾ, ਯਾਦ ਵੀ ਕਰਦੇ ਆ ਪਿਓ ਨੂੰ, ਮੈਨੂੰ ਪਿਆ ਦੀ ਮਿਲਣ ਦੀ ਆਸ ਕਾਗਾ, ਮੈਨੂੰ ਪਿਆ ਦੀ ਮਿਲਣ ਆਸ ਕਾਗਾ, ਆਸ
ਕਾਗ ਨੂੰ ਬਾਬਾ ਫਰੀਦ ਜੀ ਕਹਿ ਰਹੇ ਨੇ, ਆ ਜਿਹੜੀ ਦ੍ਰਿਸ਼ਟੀ ਨੇਤਰ ਅੰਮ੍ਰਿਤਮਈ ਜਿਹਦੇ ਨਾਲ ਅਸੀਂ ਦੇਖਦੇ ਹਾਂ, ਤੁਰੇ ਫਿਰਦੇ ਹਾਂ, ਪੜ੍ਹਦੇ ਹਾਂ, ਵਿਚਾਰਦੇ ਹਾਂ, ਗੁਰਾਂ ਦੇ ਦੀਦਾਰ ਕਰਦੇ ਹਾਂ, ਦਰਸ਼ਨ ਕਰਦੇ ਹਾਂ, ਉਸ ਵਾਸਤੇ ਬਾਬਾ ਫਰੀਦ ਜੀਆਂ ਨੇ ਕਾਗ ਨੂੰ ਰੋਕ ਦਿੱਤਾ। ਆਪਦੀ ਸ਼ਕਤੀ ਨਾਲ ਕੀ ਨਹੀਂ ਸੀ ਕਰ ਸਕਦੇ, ਪਰ ਉਹਨੂੰ ਸਮਝਾਉਂਦੇ ਨੇ ਸਾਡੇ ਸਮਝਾਉਣ ਵਾਸਤੇ, ਸਾਨੂੰ ਦੱਸਣ ਵਾਸਤੇ, ਉਸ ਰਸਤੇ 'ਤੇ ਤੁਰਨ ਵਾਸਤੇ ਬਾਬਾ ਜੀ, ਬਾਬਾ ਫਰੀਦ ਜੀ ਬੜੇ ਪਿਆਰ ਨਾਲ ਕਹਿ ਰਹੇ ਨੇ ਕਾਗ ਨੂੰ, ਕਹਿੰਦੇ ਰੁਕ ਜਾ, ਠਹਿਰ ਜਾ, ਨੇਤਰਾਂ ਵੱਲ ਨੂੰ ਤੁਰਿਆ ਸੀ ਪਹਿਲਾਂ ਫਰੀਦਾ। ਧੰਨ ਬਾਬਾ ਜੀ, ਮੈਂ ਵਿੱਚ ਹੀ ਕਹਿ ਦਿਆਂ ਕਿ ਸਾਡੇ ਇੱਧਰ ਠੇਕੇਦਾਰ ਸਾਹਿਬ ਬੈਠੇ ਨੇ, ਉਧਰੋਂ ਤਾਂ ਸੜਕ ਦਾ ਬੀਬੀ ਨੇ, ਉਹ MLA ਨੇ ਤੋਰਤਾ, ਕੰਮ ਸ਼ੁਰੂ ਹੋ ਗਿਆ ਬਾਬਾ ਜੀਆਂ ਦੀ ਬਰਸ਼ੀ ਤੱਕ। ਇੱਧਰੋਂ ਬਸ ਸਵੇਰੇ ਨਹੀਂ, ਅਗਲੇ ਦਿਨ ਮੇਰਾ ਤਾਂ ਖਿਆਲ ਹੈ ਕੱਲ੍ਹ ਦਾ ਹੀ ਕਹੂੰ, ਪਾਰਕਿੰਗ ਦਾ ਵੀ ਸ਼ੁਰੂ ਹੋ ਜਾਣਾ। ਇਹਨੂੰ ਕਹਿੰਦੇ ਨੇ ਜਿਹੜੇ ਨਾਮ ਜਪਦੇ ਨੇ, ਤੁਰੇ ਹੋਏ ਨੇ ਮਹਾਂਪੁਰਖ ਦੇ ਨਾਲ, ਰੱਤੇ ਸਹੀਜੇ ਮੁੱਖ ਨਾ ਮੁੜਨ, ਜਿੰਨੀ ਸੰਜਾਤਾ। ਅੱਛਾ, ਫਿਰ ਇੱਕ ਹਲੂਣਾ ਦਿੱਤਾ ਜਾਂਦਾ, ਜਿਵੇਂ ਪਾਉਣ ਦਾ ਬੁੱਲਾ ਆਉਂਦਾ ਬੜੀ ਜ਼ੋਰ ਨਾਲ ਤੇਜ਼, ਉਹ ਬੁੱਲਾ ਕਿਹਾ ਜਾ ਆਉਂਦਾ। ਹੁਣ ਕੱਖਾਂ ਦੇ ਕੋਲ ਕੱਖ ਪਿਆ, ਮੇਰੇ ਮਹਾਂਪੁਰਖ ਦੀ ਰਚਨਾ ਹੈ। ਕਹਿੰਦੇ ਆਇਆ ਬੁੱਲਾ ਪਾਉਣ ਦਾ, ਚੜ੍ਹਿਆ ਕੱਖ ਆਕਾਸ਼, ਉਹ ਕਹਿੰਦਾ ਮੈਂ ਸਾਰਿਆਂ ਤੋਂ ਉੱਚਾ ਚਲਿਆ ਗਿਆ, ਇਹ ਨਹੀਂ ਪਤਾ ਹੈ, ਤੈਨੂੰ ਇਹ ਨਹੀਂ ਪਤਾ ਵੀ ਆਉਣਾ ਕਿੱਥੇ ਹੈ। ਗਿਰਦਾ ਗਿਰਦਾ ਗਿਰ ਪੜਾ ਕੱਖ ਕੱਖਾਂ ਦੇ ਪਾਸ, ਉਹ ਮੁੜ ਕੇ ਫੇਰ ਘੁੰਮਣ ਘੇਰੀਆਂ ਖਾ ਕੇ ਕਿੱਥੇ ਥੱਲੇ ਆ ਗਿਆ। ਰੱਤੇ ਸਹੀ ਜੇ ਮੁੱਖ ਨਾ ਮੁੜਾਨ, ਜਿੰਨੀ ਸੰਜਾਤਾ ਬਈ ਝੜ ਝੜ ਪਾਉਂਦੇ ਕੱਚੇ ਵਿਰਹੀ, ਜਿਨ੍ਹਾਂ ਕਾਰਨ ਆਈ। ਉਹ ਹੁਣ ਜਿਹੜਾ ਇੱਥੇ ਡੇਰੇ ਦਾ ਕੰਮ ਕਾਜ ਚੱਲ ਰਿਹਾ ਹੈ,
ਰਤੇ ਇਸ਼ਕ ਖਦਾਏ ਰਤੇ ਇਸ਼ਕ ਖਦਾਏ ਖਦਾਈ ਰਤੇ ਇਸ਼ਕ ਖਦਾਈ ਇਸ਼ਕ ਖਦਾਈ ਰਤੇ ਇਸ਼ਕ ਖਦਾਈ ਇਸ਼ਕ ਰਤੇ ਇਸ਼ਕ ਖੁਦਾਈ ਰੰਗ ਦੀਦਾਰ ਕੀ ਜੀ ਰੰਗ ਦੀਦਾਰ ਕੀ ਰੰਗ ਦੀਦਾਰ ਕੀ ਜੀ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਬਿਸਰਿਆ ਜਿਨ ਨਾਮ ਤੇ ਪੋਏ ਭਾਰਤੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਜਿਨ ਤਨ ਜਣੇ ਦੀਵਾ ਮਾਂ ਨੂੰ ਧਨ ਕਿਹਾ ਬਾਬਾ ਆਏ ਸਫਲ ਸੇ ਪਰਵਤਗਾਰ ਅਪਾਰ ਅਗੰਮ ਬੇਅੰਤ ਤੋਂ ਤਿਨੀ ਪਛਾਤਾ ਸੱਚ ਚੁੰਮਾ ਪੈਰ ਤੇਰੀ ਪਨਹਿ ਖੁਦਾਏ ਤੂੰ ਬਖਸ਼ਾਂਦਗੀ ਸੇ ਖੈਰ ਦੀਜੈ ਬੰਦਗੀ
ਉਹਨਾਂ ਦੇ ਚਰਨ ਚੁਮਾ ਜੀ, ਮੈਂ ਚਰਨ ਚੁਮਾ ਚਰਨ ਚੁਮਾ ਉਹਨਾਂ ਦੇ ਚਰਨ ਚੁਮਾ ਮੁਖ ਨਾ ਮੜਨ ਜਿੰਨੀ ਸੰਜਾਤਾ ਸਾਈ ਉਹ ਚੜ ਚੜ ਪਾਵਦੇ ਕੱਚੇ ਵਿਰਹੀ ਫਲ ਲੱਗਿਆ ਬੂਰ ਆਇਆ ਹਲੂਣਾ ਆਇਆ ਹਵਾ ਦਾ ਬੁੱਲਾ ਆਇਆ ਪਾਉਂਦਾ ਹੀ ਬੋਰ ਚੜ ਗਿਆ ਅੱਜ ਲੱਗਿਆ ਕੁਛ ਨਹੀਂ ਬਣਿਆ ਕੁਛ ਨਹੀਂ ਕੁਛ ਕੱਚੇ ਰਹਿ ਗਏ ਜਿਹੜੇ ਪੱਕੇ ਪੱਕੇ ਉਹ ਨਾਲ ਤੁਰੀ ਗਏ ਉਹਨਾਂ ਨੇ ਮੰਜ਼ਿਲ ਨਹੀਂ ਛੱਡੀ ਹਲੂਣੇ ਆਏ ਝੱਖੜ ਝੋਲੇ ਆਏ ਝੱਖੜ ਝਾਂਗੀ ਮੀਂਹ ਵਰਸ ਪੇਗੁਰ ਦੇਖਣ ਜਾਈ ਕਹਿੰਦੇ ਮੈਂ ਨਹੀਂ ਛੱਡਣਾ ਮਹਾਂਪੁਰਖ ਬੜੇ ਪਿਆਰ ਨਾਲ ਰਹਿਬਾਂ ਦੀ ਕਥਾ ਬੜੀ ਪਿਆਰ ਨਾਲ ਬਹੁਤ ਸੁਣਾਇਆ ਕਰਦੇ ਜਿਹਨੂੰ ਰੱਬ ਨੇ ਰਾਮ ਨੇ ਖੁਦ ਭਗਵਾਨ ਨੇ ਦਰਸ਼ਨ ਦਿੱਤੇ ਹੋਣ ਪਰ ਇੱਕ ਸਿਦਕ ਸੀ ਉਹਨੇ ਛੱਡਿਆ ਨਹੀਂ ਜਾਣਾ ਜੀ ਗੁਰੂ ਘਰ ਨਹੀਂ ਜਾਂਦਾ ਤੜਫ ਹੈ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ ਨਾਦ ਕੁਰੰਗ ਕੇ ਬੇਦਿਹਾ ਸਨਮੁਖ ਉਠਤਾਵੈ ਨਹੀਂ ਬਚਦਾ
ਉਹ ਪਿਆਰੇ ਤੋਂ ਬਿਨਾਂ, ਗੁਰੂ ਤੋਂ ਬਿਨਾਂ ਉਹਨੂੰ ਨੀਂਦ ਨਹੀਂ ਆਉਂਦੀ। ਨੀਂਦ ਆਵੇ ਨਾ ਤੇ ਰਹਿਣ, ਜਾਗਤ ਜਾਗਣਾ ਕਿਹੜੀ ਅਵਸਥਾ 'ਚ ਤੂੰ ਤੁਰਿਆ ਹੋਇਆ? ਸੁਪਨ ਸਕੋਪ ਤੁਰਿਆ ਅਵਸਥਾ, ਕਿਸੇ ਗੁਰੂ ਨੇ ਤੋਰਿਆ ਹੈ? ਇਹਨੂੰ ਵੀ ਹਟਾਉਣਾ, ਝੂਠਾ ਆਉਂਦਾ ਹੁੰਦਾ ਨਿੱਤ ਪਰ ਲਓ, ਨੀਂਦ ਹੈ ਜਿਹੜੀ ਨਿੱਤ ਆਉਂਦੀ ਹੈ, ਨਿੱਤ ਦੀ ਪਰ ਲਓ ਹੈ ਸਾਡੇ 'ਤੇ, ਨਿਮਿੱਤ ਪਰ ਲਓ ਨਿੱਤ ਦੀ, ਪਰ ਰੋਜ਼ ਇਹਨੇ ਝੂਠਾ ਦੇ ਦੇਣਾ। ਬੜੀ ਔਖੀ ਇਹ ਮੰਜ਼ਿਲ ਹੈ। ਇੱਕ ਦੇਖਿਆ ਮੈਂ ਬਾਬਾ ਪੂਰਨ ਦਾਸ ਜੀਆਂ ਦਾ ਤਾਂ ਸੁਣਿਆ ਹੀ ਸੀ, ਮੇਰੇ ਗੁਰਾਂ ਪਾਸੋਂ, ਪਰ ਮੈਂ ਮਹਾਂਪੁਰਖ ਜਾਣਾ ਵੀ ਬਹੁਤਾ ਸਮਾਂ ਰਿਹਾ ਕੋਲ, ਪਰ ਕਦੇ ਸੁੱਤੇ ਪਏ ਨਹੀਂ ਸੀ ਦੇਖੇ। ਪਰਖ ਕੇ ਤਾਂ ਦੇਖਾਂ, ਗੁਰਪੂਰਾ ਗੁਰਪੂਰਾ ਮੇਰਾ, ਤੂੰ ਵੀ ਲੱਗ ਜਾ ਗੁਰਾਂ ਦੇ ਚਰਨੀ। ਅਣ ਭਿੱਜ ਮਨ ਪੱਥਰਾ, ਮੈਂ ਹੁਣ ਇਹ ਧਾਰਨਾ ਨਹੀਂ ਪਈ। ਅਣ ਭਿੱਜ ਜਿਹੜਾ ਭਿੱਜਿਆ ਹੀ ਨਹੀਂ, ਜਿਹਨੂੰ ਸੋਝੀ ਨਹੀਂ ਆਈ, ਜਿਹੜਾ ਗਿਆਨਵਾਨ ਪੁਰਸ਼ਾਂ ਪਾਸ ਬੈਠਿਆ ਹੀ ਨਹੀਂ। ਬਹੀਏ ਪੜ੍ਹਿਆ ਪਾਸ, ਜਿਹੜੇ ਪੜ੍ਹੇ ਹੋਏ ਨੇ ਵਿਦਵਾਨ ਨੇ, ਉਹਨਾਂ ਪਾਸੋਂ ਕੋਈ ਤੈਨੂੰ ਗਿਆਨ ਦਾ ਅੱਖਰ ਮਿਲੂ, ਗਿਆਨ ਦੀ ਗੱਲ ਮਿਲੂ। ਪਰ ਕੋ ਮਹਾਂਪੁਰਖ ਦੇਖਿਆ, ਮੋਲਿਆ ਮਨ ਮੋਰਾ ਮੋਹਣ ਤੇਰੀ ਬਾਣੀ ਨੇ, ਮੋਹਣ ਬਾਬਾ ਕਰਮ ਸਿਉਂ ਉਹਨਾਂ ਨੇ ਧਾਰਨਾ ਪੜ੍ਹੀ। ਪਹਿਲਾਂ ਤਾਂ ਪੁੱਛਿਆ ਸੀ, ਅੱਜ ਨੇੜੇ ਦਾ ਦੀਵਾਨ ਹੈ, ਕਹਿਣ ਲੱਗੇ ਜਥੇ ਵਾਲੇ, ਬਾਬਾ ਜੀ ਤੁਸੀਂ ਘਰੇ ਜਾ ਆਓ। ਕਹਿੰਦੇ ਕੀ ਲੈਣਾ ਹੈ? ਨਹੀਂ ਚਲੋ, ਜਥੇ ਨੇ ਮਹਾਂਪੁਰਖਾਂ ਨੂੰ ਬੇਨਤੀ ਕਰਤੀ, ਬਾਬਾ ਜੀ ਨੂੰ ਇੱਥੇ ਅੱਜ ਘਰ ਗੇੜਾ ਲਾਏ ਆਉਣਗੇ। ਸੰਤ ਮਹਾਰਾਜ ਖੁਸ਼ ਹੋ ਕੇ ਕਹਿਣ ਲੱਗੇ, ਕਹਿੰਦੇ ਜਾ ਆਓ। ਮਹਾਰਾਜ
ਜਿਹੜਾ ਮੇਰਾ ਨੇਹੋਂ ਲੱਗਿਆ ਨਾ ਕਿਤੇ ਨਾ ਟੁੱਟ ਜਾਵੇ, ਮੇਰਾ ਨੇਹੋਂ ਲੱਗਿਆ, ਮੇਰਾ ਨੇਹੋਂ ਲੱਗਿਆ, ਮੇਰਾ ਨੇਹੋਂ ਲੱਗਿਆ, ਨਾਲ ਪਿਆਰੇ ਮੇਰਾ ਨੇਹੋਂ ਲੱਗਿਆ, ਨਾਲ ਪਿਆਰੇ ਮੇਰਾ ਨੇਹੋਂ ਲੱਗਿਆ, ਪਿਆਰੇ ਮੇਰਾ ਨੇਹੋਂ ਲੱਗਿਆ, ਨਾਲ ਪਿਆਰੇ ਮੇਰਾ ਨੇਹੋਂ ਲੱਗਿਆ, ਬਾਬਾ ਫਰੀਦ ਜੀਆਂ ਨੇ। ਮੈਂ ਅੱਜ ਬਾਬਾ ਫਰੀਦ ਜੀਆਂ ਦਾ ਚੱਲਿਆ ਨੇਹੋਂ ਕਿਹਦੇ ਨਾਲ ਲੱਗਿਆ ਸੀ? ਗੁਰੂ ਨਾਲ। ਨਿੱਤ ਦੀ ਸੇਵਾ, ਬਥੇਰੇ ਝੋਲੇ ਆਉਂਦੇ ਨੇ ਇੱਧਰ, ਇੱਕ ਜੋੜਨ ਹਾਰੋ ਸੰਤ, ਸੰਤ ਜੋੜਦੇ ਨੇ। ਨਾਨਕ ਪਾਦਰ ਪਾਦਰੋ ਐਂ ਜੋੜਦੇ ਨੇ, ਲਿਆਉਂਦੇ ਨੇ। ਆ ਜਾਓ ਭਾਈ, ਆਪਾਂ ਨਾਮ ਜਪੀ, ਆ ਜਾਓ ਭਾਈ, ਮੇਰਾ ਤੁਹਾਡੇ ਬਿਨਾਂ ਸਰਦਾ ਨਹੀਂ। ਲੈ ਹੁਣ ਇਹਦੇ ਉੱਤੇ ਦੀ ਕੀ ਕਹਿ ਦੇਣ ਸਨ, ਬੁਲਾਉ ਉਹਨਾਂ ਨੂੰ ਨਾਮ ਜਪਾਉਣਾ, ਕੀ ਕਹਿਣਗੇ? ਆ ਜਾਓ ਭਾਈ, ਤੁਹਾਡੇ ਬਿਨਾਂ ਨਹੀਂ ਚੱਲਣਾ, ਤੁਹਾਡੇ ਬਿਨਾਂ ਚਲਾਉਣ ਵਾਲਾ ਤਾਂ ਗੁਰੂ ਨਾਨਕ ਪਾਤਸ਼ਾਹ ਹੈ, ਜਿਹੜਾ ਸਭ ਦੇ ਦੁੱਖ ਐਂ ਝੋਲੀਆਂ 'ਚ ਪਵਾ ਲੈਂਦਾ ਹੈ। ਅਰਦਾਸ ਕਰਦੇ ਹਾਂ, ਬੇਨਤੀ ਕਰਦੇ ਹਾਂ, ਜੋਦੜੀ ਕਰਦੇ ਹਾਂ, ਮੈਂ ਉੱਥੇ
ਝੜ ਝੜ ਪੰਬਦੇ ਤੁਰ ਜਾਂਦੇ ਨੇ। ਇੱਕ ਉਸ ਵਕਤ ਜਦੋਂ ਬੇਫਤਾ ਆ ਪੈਂਦੀ ਹੈ ਨਾ ਕਿਸੇ 'ਤੇ, ਫਿਰ ਸੰਗੀਤ ਸਾਥੀ ਸਾਥ ਛੱਡ ਜਾਂਦੇ ਨੇ। ਇਹਨੂੰ ਲੋੜ ਹੈ ਮੇਰੇ ਤੱਕ ਕੋਈ ਸਵਾਲ ਨਾ ਕਰ ਦੇਵੇ। ਮਹਾਂਪੁਰਖਾਂ ਨੇ ਬਹੁਤ ਪਿਆਰ ਦੇ ਨਾਲ, ਮੈਂ ਇੱਥੋਂ ਹੀ ਸ਼ੁਰੂ ਕਰ ਲੈਂਦਾ, ਕਹਿੰਦੇ ਕਿਸ ਬਿਪਤਾ ਆਣ ਪੜੇ ਕਿਸੇ ਪਿਆਰੇ 'ਤੇ ਤੋ ਪਿਆਰੇ ਬਦਲ ਜਾਂਦੇ ਹੈ। ਅੱਛਾ ਭਾਈ, ਹੁਣ ਮੈਂ ਹਵਾ ਦਾ ਵੀ ਬੋਲਿਆ ਤੁਹਾਨੂੰ, ਕਿਸ਼ਤੀ ਤਾਂ ਉਹੀ ਹੋਤੀ ਹੈ ਲੇਕਿਨ ਕਿਨਾਰੇ ਬਦਲ ਜਾਂਦੇ ਹੈ। ਮੇਰੇ ਗੁਰੂ ਦੇਵ ਮਹਾਂਪੁਰਖ ਦੀ ਹੈ ਰਚਨਾ। ਹਵਾ ਤਾਂ ਵਹੀ ਹੋਤੀ ਹੈ ਲੇਕਿਨ ਹੁਲਾਰੇ ਬਦਲ ਜਾਂਦੇ ਹੈ। ਬਿਪਤਾ ਆਣ ਪੜੇ ਕਿਸੇ ਪਿਆਰੇ 'ਤੇ, ਸੱਜਣੋ ਐਵੇਂ ਕਰ ਲੈਂਦੇ ਨੇ। ਦੇਖੇ ਨੇ ਬਹੁਤ ਕੁਛ ਉਹ ਮਹਾਂਪੁਰਖ ਦੇ ਨਾਲ ਰਹਿੰਦੇ ਰਹਿੰਦੇ ਬਹੁਤ ਕੁਛ, ਬੜਾ ਕੁਛ ਦੇਖਿਆ। ਉਹ ਮਨ ਦੀਆਂ ਗੱਲਾਂ ਮਨ 'ਚ ਲੈ ਗਏ, ਗੱਲਾਂ ਮਨ ਦੀਆਂ ਮਨ ਵਿੱਚ ਰਹਿ ਗਈਆਂ। ਅੱਗੇ ਬਾਬਾ ਪੂਰਨ ਦਾਸ ਜੀਆਂ ਦੀ ਵਰਸ਼ੀ ਆ ਗਈ 7-8-9 ਮਈ, ਮੈਂ ਭੁੱਲ ਨਾ ਜਾਵਾਂ। ਆ ਜਿਹੜਾ ਹੁਣ ਮੰਗਲਵਾਰ ਆਊ, ਇਸ ਦੀ ਸਾਡੇ ਜਥੇਦਾਰ ਸਾਹਿਬਾਨਾਂ ਨੂੰ ਮੀਟਿੰਗ ਬਾਰੇ ਆ ਮੰਗਲਵਾਰ ਦੀ ਬੋਲਣਗੇ। ਗਿਆਨੀ ਭਜਨ ਸਿਉਣੀ ਬੈਠੇ ਨੇ ਸਾਰੇ ਪ੍ਰਿੰਸੀਪਲ ਸਾਡੇ, ਇਸ ਮੰਗਲ ਦੀ ਮੀਟਿੰਗ ਹੈ। ਪ੍ਰਬੰਧਾਂ ਵਾਸਤੇ, ਕੰਮਾਂ ਕਾਰਾਂ ਵਾਸਤੇ ਸੰਗਤ ਨੂੰ ਸੰਭਾਲਣਾ ਦੀ ਲੋੜ ਹੈ। ਇਹ ਸੰਗਤ ਦੀ ਕੀ ਵਸਤੂ ਹੈ? ਗੱਲਾਂ ਮਨ ਦੀਆਂ ਮਨ ਵਿੱਚ ਹੀ ਰਹਿ ਗਈਆਂ। ਤੁਸੀਂ ਹਰਿਦੁਆਰ ਗਏ ਨਾ ਮਿਲੇ, ਪਹਿਲਾਂ ਮਿਲੇ ਸੀ ਬਿਹੇੜ ਜਾਣ ਤੋਂ, ਨਗਰ ਬਿਹੇੜ, ਜਿੱਥੇ ਬਾਬਾ ਪੂਰਨ ਦਾਸ ਜੀ ਬਾਈ ਜੰਗ ਸਿੰਘ ਸਾਡੇ, ਕਿਉਂਕਿ ਸਾਰੇ ਬਾਈ ਉਹ ਕਹਿੰਦੇ ਸੀ, ਵੱਡੇ ਸੀ ਨਾ ਸਾਰੇ, ਕੋਈ ਬੱਚਾ ਕੋਈ ਸਿਆਣਾ, ਮਹਾਂਪੁਰਖ ਕਿਹਾ ਕਰਦੇ। ਬਾਈ ਨੂੰ ਬੁਲਾ ਲਓ, ਬਾਈ ਜੰਗ ਸਿੰਘ ਨੂੰ ਬੁਲਾਇਓ। ਕੋਈ ਮੇਰੇ ਹੁੰਦਾ ਇੱਕ ਬਹਾਨਾ ਜਿਹਾ ਕੀਤਾ ਗੂਠੇ ਦਾ, ਮਲਣਾ ਅੱਗੇ ਮੂਹਰੇ ਕਮਰਾ ਹੁੰਦਾ ਕੁਰਸੀ ਵਾਲਾ, ਬੁਲਾ ਕੇ ਲਿਆਓ। ਆਪ ਸਮੇਂ ਕੋਈ ਲੈ ਆ ਬਾਈ ਦੁਖਦਾ ਇਹ ਦੇਖਣਾ, ਕਹਿੰਦੇ ਲਿਆਓ ਐਂ ਮਲਤਾ ਤੇਲ ਜਾਲਾ, ਇਹ ਤਾਂ ਠੀਕ ਹੈ। ਉਹ ਵੀ ਕੋਈ ਹੈ ਸੀ, ਹੌਲੀ ਹੌਲੀ ਦੱਸਾਂਗੇ। ਬਿਹੇੜ ਨਗਰ ਜਾਣਾ ਸੀ, ਜਿੱਥੇ ਬਾਬਾ ਪੂਰਨ ਦਾਸ ਜੀ ਸਵਾ ਸਵਾ ਮਹੀਨਾ ਆ ਬੈਠਾ ਟਲਕਾਈਆ ਸੀ, ਇਹਦੇ ਘਰ 'ਚ ਇਹਨਾਂ ਦੇ ਰਿਹਾ ਕਰਦੇ ਬਾਬਾ ਪੂਰਨ ਦਾਸ ਜੀ। ਉਹ ਸ਼ਬਦ ਮਹਾਂਪੁਰਖ ਬੋਲ ਗਏ ਮਾਤਾ ਜੀਆਂ ਵਾਸਤੇ, ਇਹ ਹਰ ਵਕਤ ਤਾਰ ਜਿਹੜੀ ਦਿਲ ਦੇ ਵਿੱਚ ਵੱਜਦੀ ਹਰ ਵਕਤ ਰਹਿੰਦੀ ਹੈ। ਮਿਲੇ ਸੀ
ਪਰ ਹਰਿਦੁਆਰ ਚਲੇ ਗਏ, ਰਿਸ਼ੀਕੇਸ਼ ਚਲੇ ਗਏ ਜਿੱਥੋਂ ਪਹਿਲਾਂ ਮੱਸਾ ਮੋੜੇ ਤੇ, ਬਹੁਤ ਔਖੇ ਮੋੜੇ। ਕਿਸੇ ਨੇ ਸਿੱਧਸਰ ਦੀ ਧਰਤੀ 'ਤੇ ਕਹਿ ਦਿੱਤਾ ਸੀ ਕਿ ਸਿਓੜੇ ਵਾਲੇ ਸੰਤ ਤਾਂ ਮੈਂ ਖਲਾਸ ਬੋਲਦਾ, ਇਹ ਰੋੜੇਵਾਲ ਸਾਹਿਬ ਇਹ ਵਸਤੂ ਲਿਜਾਈ ਜਾਂਦੇ ਨੇ, ਛੱਡ ਦਿੱਤਾ, ਇੱਕ ਬੋਰੀ ਲਾ ਲਈ ਸੀ। ਸਾਡੇ ਠੇਕੇਦਾਰ ਸਾਹਿਬ ਦੇ ਘਰੇ ਦੋ ਸਰੂਪ ਦੀ ਮੈਂ ਲੈ ਕੇ ਆਇਆ, ਬਣਵਾਏ ਨੇ ਰਿਸ਼ੀਕੇਸ਼ ਦੇ, ਵਸਤਰ ਉਤਾਰ ਦਿੱਤੇ, ਛੱਡ ਦੇ ਉੱਥੋਂ। ਇਹ ਹੁੰਦਾ ਹੁੰਦਾ ਫਿਰ ਜੇ ਜਾ ਛੱਡ ਕੇ ਤੁਰਨਾ ਨਾ, ਛੱਡ ਦੇ ਦੁਨੀਆ ਦਾ ਖਹਿੜਾ, ਹੋ ਅਖੀਰ ਨਹੀਂ ਜਿੰਦੇ। ਮਹਾਰਾਣੀ ਜਿੰਦਾ ਬਾਰੇ ਮਹਾਂਪੁਰਖਾਂ ਨੇ ਪੜ੍ਹੀ ਹੋਈ ਹੈ ਇਹ। ਉਹ ਗੱਲਾਂ ਮਨ ਦੀਆਂ ਮਨ ਵਿੱਚ ਰਹਿ ਗਈਆਂ, ਗੱਲਾਂ ਮਨ ਦੀਆਂ ਮਨ ਵਿੱਚ ਰਹਿ ਗਈਆਂ, ਗੱਲਾਂ ਆਵਾਂਗੇ ਉੱਥੇ ਪਹੁੰਚਣਾ ਅਸੀਂ, ਫਿਰ ਆ ਕੇ ਤੇਰੇ ਨਾਲ ਸਾਰੀਆਂ ਦਿਲ ਦੀਆਂ ਕਰਾਂਗੇ। ਅਸੀਂ ਜਾ ਆਈਏ, ਜਾਇਓ ਤੂੰ ਰੋੜੇਵਾਲ ਸਾਹਿਬ, ਰੱਬ ਦੀ ਧਰਤੀ 'ਤੇ ਰਹਿ ਰਿਹਾ। ਐਂ ਲੱਟਾਂ ਸਿੱਟੀਆਂ ਨੇ ਜੱਟਾਂ ਪਿੱਛੇ ਨੂੰ ਬੈਠੇ ਨੇ ਅੰਦਰ, ਉਹ ਧਰਤੀ 'ਤੇ ਫਕੀਰਾਂ ਦੀ ਅਤੇ ਰੱਬ ਵਰਗਿਆਂ ਦੀ ਕਹਿ ਦਿੰਦਾ, ਚਲੋ ਤੂੰ ਉੱਥੇ ਰਹਿ ਰਿਹਾ, ਮੈਂ ਤੈਨੂੰ ਤਾਂ ਬੁਲਾਇਆ ਵੀ ਹੁਣ ਅਸੀਂ ਜਾਈਏ। ਐਡਾ ਰੱਬ ਵਰਗਾ ਸਾਧੂ ਹੋਵੇ ਮੈਨੂੰ ਪੁੱਛਦਾ, ਪੁੱਛਿਆ ਹਾਂ ਜਾਓ ਮਹਾਂਪੁਰਖੋ ਤੁਸੀਂ ਮਹਾਰਾਜ ਜਾਓ। ਕਹਿੰਦੇ ਅਸੀਂ ਕੋਈ ਨਾ ਜਲਦੀ ਤੂੰ ਸੰਭਾਲੀ ਡੇਰੇ ਨੂੰ, ਅਸੀਂ ਜਲਦੀ ਮੁੜ ਕੇ ਆਵਾਂਗੇ। ਇਹ ਤਾਂ ਖਿਆਲ ਦੇ ਵਿੱਚ ਹੈ ਉਹ ਨਹੀਂ ਸੀ ਵੀ ਕਿਹੜੀਆਂ ਕਰ ਰਹੇ ਨੇ, ਕਿੱਥੇ ਬੋਲ ਰਹੇ ਨੇ। ਤੁਸੀਂ ਚਲੇ, ਕਹਿੰਦੇ ਫਿਰ ਅੱਜ ਚਾਹ ਪਾਣੀ ਦਾ ਮਕਾ ਜੀ ਮੈਂ ਛਾਕਿਆ, ਅੱਗੇ ਦੀ ਤਰ੍ਹਾਂ ਮੇਰਾ ਰੂਟੀਨ ਹੁੰਦਾ ਸੀ, ਛਾਕ ਕੇ ਆਏ ਹਾਂ। ਅੱਛਾ ਅਸੀਂ ਕੱਲ੍ਹ ਬਿਹੇੜ ਜਾਣਾ, ਆ ਨਗਰ ਬਿਹੇੜ ਨੂੰ ਪਤਾ ਵੀ ਕਿਵੇਂ ਬੰਨਣ ਬੰਨਿਆ ਸੀ,
ਪ੍ਰਸ਼ਾਦ ਉੱਧਰ ਬਾਬਿਆਂ ਦੀ ਸਮਾਧਾਂ 'ਤੇ ਉੱਥੇ ਡਿਊਟੀ ਕਰਦੇ ਨੇ। ਜਿਵੇਂ ਨਗਰ ਸਿਓੜਾ ਸਾਹਿਬ ਵਾਲਿਆਂ ਦੇ ਬੋਲੇ ਸੀ ਨਾ, ਸਾਰੇ ਐਂ ਸਟੈਂਡ 'ਤੇ ਖੜ੍ਹੇ ਨੇ, ਜਦ ਤੋਂ ਮਹਾਂਪੁਰਖ ਸਰੀਰ ਓਹਲਾ ਦੇ ਗਿਆ, ਸਿਓੜਾ ਸਾਹਿਬ ਵਾਲਿਆਂ ਨੇ ਆਪਣੀ ਡਿਊਟੀ ਨਹੀਂ ਛੱਡੀ, ਡਿਊਟੀ 'ਤੇ ਖੜ੍ਹੇ ਨੇ। ਕਿਸੇ ਨੇ ਮੁੜ ਕੇ ਨਹੀਂ ਕਿਹਾ ਵੀ ਅਸੀਂ ਨਹੀਂ ਆਉਣਾ, ਆਉਣਾ ਉਹਨਾਂ ਨੇ ਸੰਭਾਲਣਾ, ਦੋ ਟੈਂਪੂ ਭਰ ਲਿਆਉਣ, ਤਿੰਨ ਲਿਆਉਣ, ਉੱਥੇ ਖੜ੍ਹਨਾ। ਦੁੱਖ ਨਾ ਮੰਨਿਓ, ਅਜੇ ਮੇਰੇ ਵਰਗਾ ਗੁੱਸਾ ਕਰਦਾ, ਮੇਰੀ ਗੱਡੀ ਨਹੀਂ ਲੰਘਣ ਦਿੰਦਾ ਤੂੰ। ਉਹ ਫਿਰ ਨਿਮਰਤਾ ਅੱਗੇ ਇਕੱਠ ਜ਼ਿਆਦਾ ਹੋ ਜਾਣਾ। ਮੈਂ ਕਿਹਾ ਕੋਈ ਨਾ, ਆ ਠੇਕੇਦਾਰ ਸਾਹਿਬ ਬੈਠੇ ਨੇ, ਇੱਥੇ ਲੈ ਆਉਂਦਾ ਪਾਰਕਿੰਗ ਨਾਲੇ। ਸਤਿ ਸ਼੍ਰੀ ਅਕਾਲ ਠੇਕੇਦਾਰ ਸਾਹਿਬ, ਅੱਜ ਕਦੇ ਦਿਨ 'ਚ ਆ ਜਾਣ, ਹੁਣ ਟੈਂਕਰ ਟੇਂਪਰ ਸਾਰੇ ਤੇ ਕਰੇਨਾ ਕਪੇਨਾ ਸਾਰਾ ਕੁਛ ਲਿਆ ਕੇ ਹੁਣ ਸ਼ੁਰੂ ਕਰ ਦਈਏ, ਬਾਰਸ਼ੀ ਤੱਕ ਕਰਨਾ। ਮੈਂ ਕਿਹਾ ਮੇਰੇ ਕੋਲ ਆ ਕੇ ਕਹਿੰਦੇ ਨੇ ਜੀ ਸਾਡੇ ਨਾਲ ਉੱਥੇ ਥੋੜ੍ਹਾ ਝਗੜਾ ਕਰਦੇ ਨੇ, ਬੋਲਦੇ ਨੇ। ਮੈਂ ਕਿਹਾ ਨਿਮਰਤਾ ਰੱਖ ਲਿਓ, ਮੈਂ ਉਰੀ ਲੈ ਆਉਣਾ ਸਿਰੇ ਹੀ। ਉਹ ਜਾਣ ਕੇ ਕਹਿੰਦੇ ਖੜਾ ਕੇ ਜਾਣਗੇ ਗੱਡੀ, ਐਂ ਟੇਢੀ ਕਰਕੇ ਵੀ ਇਹ ਔਖੇ ਹੋਣ। ਮੈਂ ਕਿਹਾ ਤੁਸੀਂ ਨਹੀਂ ਹੁੰਦੇ, ਉਹ ਖੜਾਉਣ ਵਾਲਾ ਹੀ ਹੁੰਦਾ ਹੁੰਦਾ। ਮੈਂ ਬੋਲਦਾ ਜਾਣ ਕੇ ਕਹਿੰਦੇ ਵਿਚਾਲੇ ਛੱਡ ਕੇ ਐਂ ਲਾ ਜਾਣਗੇ ਵੀ ਗੱਡੀ ਨਾ ਨਿਕਲੇ। ਚਲੋ ਉਹ ਆਪੇ ਦੇਖਦਾ, ਉਹ ਮਾਲਕ ਦਾ। ਤੂੰ ਹੁਣ ਰੋੜੇਵਾਲ ਸਾਹਿਬ ਨੂੰ ਚਲਿਆ ਜਾ, ਮੈਂ ਜਲਦੀ ਆ ਜਾਊਂ, ਫਿਰ ਆਪਾਂ ਬੈਠ ਕੇ ਗੱਲਾਂ ਕਰਨੀਆਂ ਨੇ ਕੁਛ। ਇੱਛਾ ਸੀ ਵੀ ਆਉਣਗੇ, ਫਿਰ ਬਚਨ ਸੁਣੂਗਾ। ਉਹ ਗੱਲਾਂ ਮਨ ਦੀਆਂ ਮਨ ਵਿੱਚ ਰਹਿ ਗਈਆਂ, ਗੱਲਾਂ ਮਨ ਦੀਆਂ ਮਨ ਵਿੱਚ ਰਹਿ ਗਈਆਂ, ਗੱਲਾਂ
ਮਨ ਦੀਆਂ ਮਨ ਵਿੱਚ ਰਹਿ ਗਈਆਂ, ਬੈਰੀ ਨੇ ਗਲੇਲਾ ਮਾਰਿਆ ਗੱਲਾਂ, ਮਨ ਦੀਆਂ ਮਨ ਵਿੱਚ ਰਹਿ ਗਈਆਂ, ਕਾਲ ਨੇ ਗਲੇਲਾ ਮਾਰਿਆ ਗੱਲਾਂ, ਕਾਲ ਨੇ ਇਹ ਕੋਈ ਪਤਾ ਨਹੀਂ ਹੁੰਦਾ ਸਮੇਂ ਦਾ, ਟਾਈਮ ਦਾ ਕੋਈ ਪਤਾ ਨਹੀਂ। ਮੈਂ ਬਾਬਾ ਫਰੀਦ ਜੀ ਦਾ, ਕਿਉਂਕਿ ਬਰਸ਼ੀ ਦਾ ਸਮਾਂ ਆ ਰਿਹਾ ਹੈ, ਮੈਂ ਉਸ ਵਾਸਤੇ ਤਾਂ ਬੋਲ ਰਿਹਾ ਕਿ ਹੁਣ ਅੱਗੇ ਅਫਸੋਸ ਦਾ ਵੈਰਾਗ ਮਈ ਜਿਹੜਾ ਟਾਈਮ ਹੈ ਸਮੇਂ, ਉਹ ਸੰਗਤ ਨੇ 8 ਮਈ ਦੀ ਰਾਤ ਰਹਿਣ ਸਵਾਈ, ਰਾਤ ਨੂੰ ਹੋਵੇ ਜਿਵੇਂ ਸਵੇਰੇ ਫੇਰ, ਕਿਉਂਕਿ ਕੀਰਤਨ ਤਾਂ ਇੱਥੇ ਚੱਲੀ ਹੋਈ ਜਾਂਦਾ ਹੈ, ਜਦ ਤੋਂ ਪ੍ਰਾਰੰਭ ਹੋ ਜਾਂਦੇ ਨੇ ਸ਼੍ਰੀ ਅਖੰਡ ਪਾਠ ਸਾਹਿਬ, ਉਦੋਂ ਤਾਂ ਹੀ ਫਿਰ ਇੰਨੇ ਕੀਰਤਨੀ ਜਥੇ ਆਉਂਦੇ ਨੇ ਵੀ ਸਾਨੂੰ ਹਾਜ਼ਰੀ ਲੱਗਣ ਦਾ ਸਮਾਂ ਮਿਲ ਜਾਵੇ। 9 ਦਾ ਫਿਰ ਅੱਗੇ ਸਾਰਾ ਬੋਲਣਗੇ ਪਹਿਲਾਂ ਦੀ ਤਰ੍ਹਾਂ, ਜਿਵੇਂ ਕੁਸ਼ਤੀਆਂ ਹੁੰਦੀਆਂ ਨੇ ਸਾਰਾ ਕੁਛ ਉਵੇਂ ਜਿਵੇਂ ਹੋਣਾ। ਬਾਬਾ ਫਰੀਦ ਜੀ ਉਡੀਕ ਕਰਦੇ ਨੇ ਜੀ ਰਾਮ ਦੀ, ਰੱਬ ਦੀ, ਆਪਦੇ ਗੁਰੂ ਦੀ, ਮੁਰਸ਼ਦ ਦੀ। ਕੀ ਕਹਿੰਦੇ ਨੇ, ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ, ਆ ਮਾਸ ਕਹਿੰਦੇ ਨੋਚ ਲੈ, ਇਹਨੂੰ ਤੋੜ ਕੇ ਖਾ ਲੈ ਬੇਸ਼ੱਕ। ਦੇਖੀ ਮਹਾਂਪੁਰਖ ਦੇ ਆ ਲੈ ਜੋ, ਮੈਂ ਹਰਿਦੁਆਰ ਗਿਆ ਨਾਲ, ਪਹਿਲਾਂ ਦੀ ਗੱਲ ਹੈ ਇਹ, 7-8 ਤੋਂ ਮੈਂ ਜਦੋਂ ਇੱਥੇ ਦੁਬਾਰਾ ਲਿਆਂਦਾ ਨਾ, ਮੇਰਾ ਖਿਆਲ 10 ਦੀ ਗੱਲ ਹੋਊਗੀ, 11 ਦੀ ਹੋਊਗੀ, 12 ਦੀਆਂ ਲੈ ਕੇ ਜਾਇਆ ਕਰਦੇ। ਹੌਂਕਾ ਭਰਿਆ, ਆ ਜੋ ਕੁਛ ਹੈ ਇਹ ਸੰਗਤ ਦਾ ਗੁਰਚਰਨ ਸਿਆਂ, ਲੈ ਜਾਓ ਜੀ ਨੇ ਲਿਜਾ, ਮੈਨੂੰ ਲੁਟਾ ਦੇ, ਲੋੜ ਨਹੀਂ ਹੈ। ਮੈਂ ਉੱਥੋਂ ਹੁਣ ਸੰਖੇਪ ਦੇ ਵਿੱਚ, ਨੋਚ ਲਓ ਮਾਸ ਖਾ ਲਓ, ਐ ਕਾਗਾ ਤੈਨੂੰ ਲੋੜ ਹੈ, ਪਰ ਮੇਰੇ ਦੋ ਜਿਹੜੇ ਨੈਣ ਨੇ ਨਾ, ਇਹ ਅਜੇ ਤਰਸਦੇ ਨੇ ਪ੍ਰੀਤਮ ਨੂੰ,
ਉਹਨੂੰ ਇਹ ਕਹਿ ਰਹੇ ਨੇ, ਸੁਨੇਹਾ ਦੇ ਰਹੇ ਨੇ ਪਹਿਲਾਂ, ਕਾਗਾ ਉਹ ਕਾਗਾ ਕਾਲੜਿਆ, ਅੱਜ ਮੇਰੇ ਪੀਆ ਨੇ ਆਉਣਾ, ਮੇਰੇ ਪ੍ਰੀਤਮ ਨੇ ਆਉਣਾ, ਉੱਡ ਜਾ ਉੱਡ ਜਾ ਉੱਡ ਜਾ ਕਾਗਾ ਕਾਲੜਿਆ। ਉਹ ਕਾਗਾ ਦੋ ਮਹੀਨਾ ਮੇਰੇ ਨੈਣ ਛੇੜਿਓ, ਕਾਗਾ ਦੋ ਮਹੀਨਾ ਮੇਰੇ ਨੈਣ ਛੇੜਿਓ, ਮਿਲਣ ਦੀ ਆਸਾ, ਇੱਧਰ ਦੇਖ ਕੇ ਚੱਲਿਆ ਕਰੋ, ਮੈਨੂੰ ਪਿਆ ਪ੍ਰੀਤਮ ਦੇ ਮਿਲਣ ਦੀ ਆਸਕਾ ਗਾ, ਮੈਂ ਉਹਨੂੰ ਮਿਲਣਾ ਇੱਕ ਵਾਰੀ, ਰੱਬ ਨੂੰ ਮਿਲਣਾ। ਇਹਨਾਂ ਦੇਖੀ ਮੈਂ ਅੱਜ ਵਿਚਾਰ ਕੀ ਆਈ ਸੀ, ਮੁਕੱਦਰ ਦੀ ਕਿਸਮਤ ਦੀ ਇਹਦੇ ਵਿੱਚ ਕੀ ਕੁਛ ਲਿਖਿਆ, ਕੀ ਕੁਛ ਲੁਕਿਆ ਹੋਇਆ, ਬਹੁਤ ਕੁਛ ਹੈ। ਇਹਦੇ 'ਤੇ ਫੈਸਲਾ ਹੋ ਰਿਹਾ, ਪੱਟੀ ਦਾ ਸ਼ਾਹੂਕਾਰ ਹੋਵੇ ਦੁਨੀ ਚੰਦ, ਬਹੁਤ ਧਨ ਹੋਵੇ, ਹੱਦ ਤੋਂ ਹੀ ਵੱਧ ਹੋਵੇ, ਪਰ ਮਾਣ ਚ ਆਇਆ ਇੱਕ ਦਿਨ ਆਪਣੀਆਂ ਪੁੱਤਰੀਆਂ ਨੂੰ ਪੁੱਛਣ ਲੱਗਿਆ, ਬੇਟੀਓ ਧੀਓ, ਹਾਂ ਛੇ ਬੁਲਾ ਲਈਆਂ, ਸੱਤਵੀਂ ਵੀ ਬੁਲਾ ਲਈ, ਬੈਠ ਜਾਓ, ਬਹਿ ਗਈਆਂ। ਪਿਤਾ ਜੀ ਕੀ ਕਹਿੰਦੇ ਹੋ? ਕਹਿੰਦੇ ਮੈਂ ਅੱਜ ਇੱਕ ਮੇਰੇ ਮਨ 'ਚ ਖਿਆਲ ਆਇਆ, ਤੁਹਾਨੂੰ ਪੁੱਛਣ ਲੱਗਿਆ, ਤੁਸੀਂ ਕਿਸ ਦਾ ਦਿੱਤਾ ਖਾ ਰਹੀ ਹੋ, ਆਪ ਦਾ, ਭਗਵਾਨ ਦਾ,
ਜਾਂ ਉਹ ਹਰਨਾਕਸ਼ ਵਾਂਗ ਖੜ ਗਿਆ ਅੜ ਕੇ, ਕਹਿੰਦਾ ਇੱਕ ਮੇਰਾ ਦਿੱਤਾ ਆਪ ਕਹਿਣ ਲੱਗਿਆ। ਵਾਹ ਵਾਹ ਵਾਹ। ਹੁਣ ਜਦ ਦੇਖਿਆ ਵੀ ਇਹਨੇ ਆਪਦਾ ਰੂਪ ਹੁਣ ਬਹੁਤ ਤੇਜ਼ ਹੋਇਆ ਬਦਲਿਆ ਵੈ, ਛੇ ਕਹਿਣ ਲੱਗ ਗਿਆ, ਪਿਤਾ ਜੀ ਅਸੀਂ ਤੁਹਾਡੇ ਘਰ ਦੇ ਵਿੱਚ ਮਹਿਲ 'ਚ ਮੌਜ ਕਰਦੇ ਹਾਂ, ਵਸਤਰ ਮਿਲਦੇ ਨੇ, ਖਾਣ ਪਹਿਨਣ ਨੂੰ ਸਭ ਕੁਛ ਮਿਲ ਰਿਹਾ ਸੀ, ਤਾਂ ਤੁਹਾਡਾ ਦਿੱਤਾ ਹੀ, ਉਹਦਾ ਨਾਂ ਲੈ ਦਿੱਤਾ ਦੁਨੀ ਚੰਦ ਦਾ। ਠੀਕ, ਖੁਸ਼ ਹੋਇਆ। ਕੁਛ ਇੱਕ ਰਹਿ ਗਈ, ਦੇਖ ਰਿਹਾ ਬਈ ਪੁੱਤਰ, ਕਹਿੰਦਾ ਤੂੰ ਨਹੀਂ ਬੋਲੀ, ਚੁੱਪ ਫਿਰ ਹੋ ਗਈ ਵੀ ਹੋ ਸਕਦਾ ਜੇ ਟਲ ਜਾਵੇ ਤਾਂ ਇਹ ਚੰਗਾ ਹੀ ਹੁੰਦਾ ਹੁੰਦਾ, ਜਿਵੇਂ ਹੋਣੀ ਅਤੇ ਅਣ ਹੋਣੀ ਇੱਕ ਮੱਲੋ ਮੱਲੀ ਚਲੇ ਜਾਂਦੇ ਹੁੰਦੇ ਆ, ਅਣਹੋਣੀ ਹੋ ਗਈ। ਅੱਛਾ, ਮੈਂ ਦੁਬਾਰਾ ਪੁੱਛਣ ਲੱਗਿਆ ਬੇਟਾ ਕਿਉਂ ਨਹੀਂ ਬੋਲਦੀ, ਮੈਂ ਤੈਨੂੰ ਕਹਿ, ਕਹਿੰਦੇ ਜੀ ਤੁਸੀਂ ਜਾਣਦੇ ਹੋ ਸਾਰਾ ਕੁਛ ਪਤਾ, ਟਾਲ ਮਟੋਲ ਕਰਨ ਲੱਗੀ। ਕਹਿੰਦੇ ਨਹੀਂ, ਮੇਰੇ ਸਵਾਲ ਦਾ ਜਵਾਬ ਤੈਨੂੰ ਦੇਣਾ ਪਊਗਾ। ਕਹਿੰਦੇ ਨਹੀਂ, ਫਿਰ ਜੇ ਇੱਥੇ ਹੈ ਨਾ, ਜਿਹਨੇ ਭੇਜਿਆ ਮੈਂ ਉਸਦਾ ਦਿੱਤਾ ਸ਼ੱਕ ਰਹੀ ਹਾਂ, ਉਹਦਾ ਦਿੱਤਾ ਖਾਨੀ ਹੈ। ਪਿਤਾ ਨੂੰ ਉੱਥੋਂ ਫਿਰ ਇਹ ਜੀ ਮਨ 'ਚ ਆਈ ਕੀ ਕਹਿ ਰਹੀ ਹੈ ਬੀਬੀ ਰਾਜਨੀ, ਮੈਂ ਤਾਂ ਦਿੱਤਾ ਕਰਤਾਰ ਵਾਲਾ ਖਾਮ, ਮੈਂ ਤਾਂ ਦਿੱਤਾ ਕਰਤਾਰ ਵਾਲਾ ਖਾਮ, ਮੈਂ ਤਾਂ ਕਰਤਾਰ ਵਾਲਾ ਖਾਮ, ਮੈਂ ਤਾਂ ਜਿੱਦਾਂ ਕਰਤਾਰ ਵਾਲਾ ਖਾਮ, ਮੈਂ ਸਵਾਲ ਦਾ ਜਵਾਬ ਪਿਆਰ ਨਾਲ ਕੀ ਕਹਿ ਰਹੀ ਹੈ, ਪਿਤਾ ਜੀ ਤੁਸੀਂ ਬਹੁਤ ਅਮੀਰ ਹੋ, ਪਰ ਸੱਚ ਬੋਲਣਾ ਮੈਂ। ਕਹਿੰਦੇ ਫਿਰ,
ਮੈਂ ਤਾਂ ਦਿੱਤਾ ਭਗਵਾਨ ਵਾਲਾ ਖਾਵਾਂ, ਕ੍ਰੋਧ ਚ ਆ ਗਿਆ, ਗੁੱਸਾ ਕਹਿ ਦਿੰਦੇ ਆ, ਦਿੱਤਾ ਕਰਤਾਰ ਵਾਲਾ ਖਾਮ ਵੀ ਮੈਂ ਤਾਂ ਦਿੱਤਾ ਕਰਤਾਰ ਵਾਲਾ ਖਾਮ ਖਾਂਦੀ ਬਾਬਲਾ ਵੇ ਮੈਂ ਦਿੱਤਾ ਕਰਤਾਰ ਵਾਲਾ ਖਾਵਾਂ, ਤੇਰਾ ਨਹੀਂ ਮੈਂ ਖਾਂਦੀ ਬਾਬਲਾ ਮੈਂ ਤਾਂ ਕਰਤਾਰ ਵਾਲਾ ਖਾਮਾ, ਰਾਜਨੀ ਨੇ ਕਿਹਾ ਬਾਬਲਾ ਵੇ ਮੈਂ ਜਿੱਤਾ ਕਰਤਾਰ ਵਾਲਾ ਖਾਮਾ, ਰਾਜਨੀ ਨੇ ਕਿਹਾ ਬਾਬਲਾ ਮੈਂ ਤਾਂ ਪਿਤਾ ਜੀ ਕਹਿੰਦੇ ਆ ਜਿਹੜੀਆਂ ਬਾਕੀਆਂ ਤੇਰੀਆਂ ਭੈਣਾਂ ਨੇ ਇਹਨਾਂ ਨੇ ਨਹੀਂ ਕਿਹਾ? ਕਹਿੰਦੇ ਠੀਕ ਹੈ, ਜੇ ਇਹ ਬੋਲਦੀਆਂ ਨੇ ਤਾਂ ਚੰਗਾ ਹੈ, ਪਰ ਮੈਂ ਸੱਚ ਬੋਲਣਾ ਹੈ, ਸੱਚ ਬੋਲਣਾ ਹੈ। ਆਹ ਜਿਹੜਾ ਤੇਰੇ ਕੋਲ ਵੀ ਹੈ ਸਭ ਕੁਛ, ਇਹ ਵੀ ਉਹ ਕਰਤਾਰ ਦਾ ਹੈ, ਸਮਾਲਕ ਦਾ ਹੈ, ਤੇਰਾ ਕੁਛ ਨਹੀਂ, ਤੂੰ ਮਾਣ ਚ ਨਾ। ਬਾਬਾ ਕਹਿੰਦੇ ਐਡੀ ਵੱਡੀ ਗੱਲ, ਮੈਨੂੰ ਕ੍ਰੋਧ ਚ ਆ ਗਿਆ, ਫੈਸਲਾ ਬੜਾ ਉਹਨੇ ਉਲਟ ਲੈ ਲਿਆ, ਹੁਣ ਮਾਂ ਰੋ ਰਹੀ ਹੈ, ਸਮਝਾਉਂਦੀ ਹੈ ਧੀਏ ਇਹਦਾ ਸੁਭਾਅ ਬੜਾ ਤੇਜ਼ ਹੈ, ਤਾਂ ਕੀ ਹੋਇਆ, ਖਾ ਤਾਂ ਭਗਵਾਨ ਦਾ ਹੀ ਰਹੇ ਹਾਂ ਸਾਰੇ, ਪਰ ਤੂੰ ਵੀ ਕਹਿ ਦੇ। ਕਹਿੰਦੇ ਨਹੀਂ,
ਸੱਚ ਬੋਲੀਏ, ਕਮਾਈ ਕਰੀਏ ਧਰਮ ਦੀ, ਫਿਰ ਗੁਰੂ ਜੀ ਵੇੜਾ ਫਿਰ ਬੰਨੇ ਲਾਉਂਦੇ ਨੇ। ਕਹਿੰਦੇ ਤੂੰ ਕਹਿ ਦੇ ਆਪਦੇ ਪਿਤਾ ਨੂੰ, ਕਹਿੰਦੇ ਨਹੀਂ ਇਹ ਗੱਲ ਨਹੀਂ ਕਹਿਣੀ, ਮੈਂ ਕਰਤਾਰ ਦਾ ਦਿੱਤਾ ਜੋ ਮੇਰੇ ਮਸਤਕ 'ਚ ਮੱਥੇ 'ਤੇ ਲਿਖਿਆ ਹੈ। ਫੈਸਲਾ ਕੀ ਲਿਆ? ਸੰਸਾਰ ਦੇ ਵਿੱਚ ਅੱਜ ਬਹੁਤ ਵਸਤੂ ਛਪੀ ਹੋਈ ਹੈ, ਪਿੰਗਲੇ ਤੱਕ ਗੱਲ ਚਲੀ ਗਈ, ਹੁਣ ਮੈਂ ਨੇੜੇ ਲਾਵਾਂ, ਕਿਉਂਕਿ ਅੱਜ ਮਨ ਦੇ ਵਿੱਚ ਜਿਹੜੇ ਹੁਣ ਵਿਰਾਗ ਦੇ ਦਿਨ ਚੱਲੇ ਹੋਏ ਨੇ, ਦਿਲ ਕਰਦਾ ਨਹੀਂ ਪਰ ਕੀਰਤਨ ਕਰਨਾ ਪੈਂਦਾ ਹੁਣ ਤਾਂ ਅੰਦਰੋਂ, ਕਿਉਂਕਿ ਜਦੋਂ ਕੋਈ ਮਹਾਂਪੁਰਖ ਪਿਆਰਾ ਆਪਦਾ ਜਿਗਰੀ ਓਲਾ ਦੇ ਜਾਵੇ ਸਰੀਰ ਦਾ, ਫਿਰ ਰਹਿਣਾ ਬੜਾ ਬਹੁਤ ਔਖਾ, ਕੱਟਣਾ ਪੈਂਦਾ ਬੜਾ ਔਖਾ ਹੈ। ਅੱਛਾ ਕਹਿ ਦੇ ਇੱਕ ਵਾਰੀ, ਕਹਿੰਦੇ ਨਹੀਂ ਕਹਿਣਾ, ਪਿਤਾ ਨੇ ਫੈਸਲਾ ਲੈ ਲਿਆ, ਇਹਨੂੰ ਜਾਓ ਜਿਹੜਾ ਅੱਗੇ ਮਿਲ ਗਿਆ ਉਹਦੇ ਨਾਲ ਦੀ ਕਾਰ ਸ਼ਾਦੀ ਕਰਨੀ ਹੈ, ਲੈ ਆਓ। ਕੌਣ ਸੀ ਜਿਹਨੂੰ ਪਿੰਗਲਾ ਕਰਕੇ ਲੈ ਆਉਂਦਾ, ਇਹਦੀ ਸ਼ਾਦੀ ਕਰ ਦਿੱਤੀ। ਹੁਣ ਅੱਗੇ ਜਿਹੜਾ ਬੜਾ ਗਲਾ ਭਰਨ ਵਾਲਾ ਹੈ, ਜਦੋਂ ਲੈ ਕੇ ਗਏ ਟੋਕਰੀ 'ਚ ਪਾਇਆ ਲਈ ਜਾਂਦੀ ਹੈ, ਇਹ ਵੀ ਸਮਾਂ ਆ ਗਿਆ ਹੁਣ ਕਿੱਥੇ ਤਾਂ ਮਹਿਲਾਂ ਦੇ ਵਿੱਚ ਰਹਿਣਾ, ਕਿੱਥੇ ਹੁਣ ਉਹ ਆਪਦੇ ਵਸਤਰ ਮਹਿਲਾਂ ਵਾਲੇ ਉਤਾਰ ਦਿੱਤੇ, ਉਹ ਆਪਦਾ ਪਹਿਲਾ ਜਿਹੜਾ ਬੇਇੱਜ਼ਤੀ ਬਦਲ ਦਿੱਤਾ, ਗਰੀਬਾਂ ਵਾਲਾ ਕਰਕੇ ਤੁਰੀ ਜਾਂਦੀ ਹੈ, ਲਈ ਜਾ ਰਹੀ ਹੈ। ਜਦੋਂ ਜਾ ਕੇ ਭੋਜਨ ਮੰਗਣਾ, ਨਗਰ ਤੋਂ ਦੂਰ ਬਿਠਾ ਦੇਣਾ। ਹੁਣ ਨਗਰ ਦੇ ਵਿੱਚ ਭੈਣਾਂ ਪੁੱਛਦੀਆਂ ਨੇ, ਕਹਿੰਦੇ ਐਂ ਲੱਗਦੀ ਹੈ ਕਿਸੇ ਅਮੀਰ ਘਰ ਦੀ ਧੀ ਹੈ, ਇੱਕ ਦੂਈ ਨੂੰ ਸਖੀ ਸਹੇਲੀਓ ਆਪਾਂ ਪੁੱਛ ਤਾਂ ਲਈਏ ਇਹਨੂੰ, ਕਿੱਥੋਂ ਆਈਆਂ ਤੂੰ? ਮੈਂ ਇੱਕੋ ਧਾਰਨਾ ਪੜ੍ਹੂੰ, ਹੁਣ ਇੱਥੇ ਗੰਗ ਮੇਰੀ ਗੁੰਜਾਇਸ਼ ਨਹੀਂ ਹੈ।
ਮੇਰੀ ਗੁੰਜਾਇਸ਼ ਸਗੇ ਪੁੱਛਦੀਆਂ ਨੇ, ਭੈਣ ਤੂੰ ਕਿੱਥੋਂ ਆਈਆਂ, ਤੇਰਾ ਨਾਂ ਕੀ ਹੈ? ਦੱਸਣ ਲੱਗੀ ਹੈ, ਤੂੰ ਕਿੱਥੋਂ ਆਈ ਹੈ, ਤੇਰੇ ਨਾਲ ਕੌਣ ਹੈ? ਓਹੋ, ਅੱਖੀਆਂ 'ਚੋਂ ਜਲ ਵਗਦਾ ਹੈ। ਦੱਸਣ ਲੱਗੀ ਹੈ, ਮੇਰਾ ਪਿਤਾ ਬੜਾ ਅਮੀਰ ਹੈ, ਪਰ ਜਿਹੜੀ ਮੇਰੀ ਕਿਸਮਤ ਹੈ, ਇਹਦੇ ਵਿੱਚ ਜੋ ਕੁਛ ਲਿਖਿਆ ਹੈ ਉਹ ਮੈਂ ਉਵੇਂ ਸਵੀਕਾਰ ਕੀਤਾ ਹੈ। ਕਹਿੰਦੇ, ਅੱਛਾ, ਤੂੰ ਹੈ ਕਿੱਥੇ ਜੀ? ਮੈਂ ਪੱਟੀ ਦੇ ਰਹਿਣ ਵਾਲੀ ਹੈ, ਆਹ ਮੇਰੇ ਪਿਤਾ ਦਾ ਨਾਮ ਹੈ, ਆਪਦੇ ਨਾਲ ਕੌਣ ਹੈ? ਕਹਿੰਦੀ, ਮੇਰਾ ਜਿਹਦੇ ਨਾਲ ਸ਼ਾਦੀ ਹੋਈ ਹੈ। ਕਹਿੰਦੇ, ਕਿੱਥੇ? ਉਹ ਬਾਹਰ ਬੈਠਾ। ਲੈ ਕੇ ਕਿਉਂ ਨਹੀਂ ਆਈ? ਕਹਿੰਦੇ, ਉਹ ਤੁਰ ਨਹੀਂ ਸਕਦਾ। ਫਿਰ ਮਾਤਾ ਵਾਸਤੇ ਵੀ, ਤੇਰੀ ਸ਼ਾਦੀ ਹੋਈ, ਜੇ ਉਹ ਤੁਰ ਨਹੀਂ ਸੀ ਸਕਦਾ, ਸ਼ਾਦੀ ਕਿਉਂ ਕੀਤੀ? ਜਦੋਂ ਕੀਤੀ ਲੱਜ ਕੇ ਪੜਿਓ, ਸਾਂਭ ਲਿਆ ਕਰਿਓ। ਦੱਸਣ ਲੱਗੀ ਹੈ ਰਜਨੀ ਹੁਣ, ਨੀ ਸਖੀਓ ਮੇਰੀਓ, ਰਜਨੀ ਹੈ ਮੇਰਾ ਨਾਂ, ਨੀ ਸਖੀਓ ਮੇਰੀਓ, ਰਜਨੀ ਹੈ ਮੇਰਾ ਨਾਂ। ਸਖੀ
ਬੀਬੀ ਜਦੋਂ ਤੈਨੂੰ ਘਰੋਂ ਤੋਰਿਆ ਉਸ ਵਕਤ ਦੀ ਕੁਛ ਸੁਣਾ ਦੇ। ਮੇਰੀਆਂ ਭੈਣਾਂ ਰੋਂਦੀਆਂ ਸੀ, ਮੇਰੇ ਤੋਂ ਰੁਕਿਆ ਨਹੀਂ ਗਿਆ, ਮੈਨੂੰ ਆਉਣਾ ਪੈ ਗਿਆ। ਪਿਤਾ ਨੇ ਤੋਰ ਦਿੱਤਾ, ਨੀ ਸਖੀਓ ਮੇਰੀ ਓ, ਰਾਜਨੀ ਹੈ ਮੇਰਾ ਨਾਂ, ਨਾਂ ਮੇਰਾ ਰਾਜਨੀ। ਆਪ ਨਗਰ ਸ਼ਹਿਰ 'ਚ ਮੈਂ ਰਹਿਣ ਵਾਲੀ, ਇਹ ਕਿਹਦੇ ਵਾਸਤੇ ਮੰਗ ਰਹੀ ਹਾਂ ਮੈਂ, ਜਿਹਨੂੰ ਬਾਹਰ ਬਿਠਾ ਕੇ ਆਈ ਹੈ? ਪਤੀ ਭਗਵਾਨ ਵਾਸਤੇ ਮੰਗ ਰਹੀ ਹੈ।
ਕੁਛ ਮਨ ਨੂੰ, ਕਿਉਂਕਿ ਬੜਾ ਦੁੱਖ ਹੈ ਇਹ। ਜਿਹਨੂੰ ਲੱਗਦਾ ਹੈ ਉਹਨੂੰ ਪਤਾ ਲੱਗਦਾ, ਇਹ ਤਾਂ ਲੱਗੀਆਂ ਵਾਲੇ ਜਾਣਦੇ ਬੇਦਰਦਾਂ ਨੂੰ, ਉਹਨਾਂ ਵਾਸਤੇ ਨਹੀਂ ਹੈ ਲੱਗੀਆਂ, ਜਿਨ੍ਹਾਂ ਨੇ ਪ੍ਰੀਤ ਪਾਈ ਹੈ, ਪ੍ਰੇਮ ਪਾਇਆ। ਲਾਗੀ ਪ੍ਰੀਤ ਸੁਜਾਨ ਸਿਉ, ਜਦੋਂ ਪ੍ਰੀਤਮ ਪਿਆਰੇ ਦੇ ਨਾਲ ਗੁਰੂ ਦੇ ਨਾਲ ਲੱਗੀ ਹੋਵੇ, ਉਹਨੂੰ ਰੋਕਣ ਵਾਲੇ ਬਹੁਤ ਨੇ, ਰਾਹ ਦੇ ਰੋੜੇ। ਇਹਨੂੰ ਤੋੜਦਾ, ਇਹਨੂੰ ਕਿਵੇਂ ਤੋੜਾਂ ਇਹਨਾਂ ਤੋਂ? ਹੁਣ ਮੈਂ ਮੂਹਰੇ ਸੀ, ਕਿਤੇ ਇਹ ਨਾ ਆ ਜਾਵੇ ਲੈ ਆ ਮਨ ਦੇ ਹੀ ਭਰਮ ਭੁਲੇਖੇ ਵਹਿਮ ਖਾਈ ਜਾਂਦੇ ਹੁੰਦੇ ਨੇ, ਮੈਂ ਮਹਾਂਪੁਰਖਾਂ ਪਾਸ ਜਾਣਾ। ਲਾਗੀ ਪ੍ਰੀਤ ਸਜਾਨ ਸਿਉ ਵਰਜੈ ਲੋਕ ਅਜਾਨ, ਤਾਂ ਸਿਉਂ ਟੁੱਟੀ ਕਿਉਂ ਬਣੈ ਜਾ ਕੇ ਜੀ। ਫਿਰ ਅੱਗੇ ਵੀ ਹੈ ਨਾ, ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈਐ, ਅਨ ਦਿਨ ਰਹੇ ਆਨੰਦ ਨਾਨਕ ਸਹਿਜ ਸਮਾਈਐ। ਮੇਰੀ ਮੇਰਾ ਨੇਹੋ ਨਾ ਗੁਰਾਂ ਦੇ ਨਾਲੋਂ ਟੁੱਟ ਜਾਏ, ਅਤੇ ਸਮਾਂ ਕਾਫੀ ਹੋ ਗਿਆ, ਸਮਾਂ ਵੀ ਹੈ। ਮੈਂ ਤਾਂ ਇਹ ਆਪ ਦਾ ਕਿਤਨਾ ਕੁ ਸ਼ੁਕਰ ਗੁਜ਼ਾਰ ਹਾਂ, ਭਾਵੇਂ ਬੇਸ਼ੱਕ ਹੁਣ ਠੀਕ ਹੈ ਫਸਲ ਦਾ ਸਮਾਂ ਵਾਢੀ ਚੱਲ ਰਹੀ ਹੈ 13 ਤਾਰੀਖ ਦਾ, 14 ਨੂੰ ਫੇਰ ਸੰਗਤ ਹੋਵੇ ਰੋੜਿਆਲ ਸਾਹਿਬ, ਆ ਫਿਰ ਨਾਲ ਦੀ ਨਾਲ ਮੰਗਲਵਾਰ ਆ ਗਿਆ, ਅੱਜ ਫਿਰ ਇਹ ਜਿਹੜੇ ਆਉਂਦੇ ਨੇ ਨਾ ਦਾਤੇ ਕੋਲੋਂ ਦਾਤਾਂ ਲੈਣਗੇ, ਸਮਾਂ ਉੱਪਰ ਦੀ ਲੰਘ ਗਿਆ, ਕਿਵੇਂ ਜਾ ਕੇ ਪਰਖਣਾ ਹੋ ਰਹੀ ਹੈ। ਅੱਜ ਅਸੀਂ ਨਮਸਕਾਰ ਕਰਨ ਜਾਂਦੇ ਹਾਂ ਦਰਬਾਰ ਸਾਹਿਬ, ਬੇਰੀ ਸਾਹਿਬ, ਜਿੱਥੇ ਸਰੋਵਰ ਸੁੰਦਰ ਅਸੀਂ ਜਲ ਛਕਦੇ ਹਾਂ। ਆਪੋ ਸ਼ਰਧਾ ਆਪਣੀ ਸ਼ਰਧਾ ਦੇ ਵਿੱਚ, ਭਾਈ ਕੌਣ ਬੈਠੇ ਨੇ ਉੱਥੇ ਆ ਕੇ ਦੇਖ ਰਹੀ ਹੈ, ਇਹ ਕੌਣ ਹੈ ਨੌਜਵਾਨ? ਮੇਰਾ ਪਤੀ ਕਿੱਥੇ ਹੈ? ਕਹਿੰਦੇ ਉਹਨੇ ਸਮਝਾਇਆ ਹੌਲੀ ਹੌਲੀ, ਮੈਂ ਹੀ ਹੈ। ਕਹਿੰਦੇ ਨਹੀਂ 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 ਮੰਨੀ। ਕਹਿੰਦੇ ਮੇਰੀ ਸੁਣ ਗੱਲ, ਆਹ ਦੇਖ ਇੱਥੋਂ ਕਾਲੇ ਕਾਂ ਚਿੱਟੇ ਹੋ ਹੋ ਨਿਕਲਦੇ ਨੇ, ਹੁਣ ਵੀ ਦੇਖ ਲੈ। ਮੈਂ ਦੇਖ ਦੇਖ ਕੇ ਇਹਦੇ ਵਿੱਚ ਹੌਲੀ ਹੌਲੀ ਚੱਲਿਆ ਗਿਆ, ਮੇਰਾ ਸਾਰਾ ਕੋੜ ਚੱਕਿਆ ਗਿਆ, ਠੀਕ ਹੋ ਗਿਆ। ਇੱਕ ਨਿਸ਼ਾਨੀ ਮੈਂ ਰੱਖ ਲਈ, ਇੱਕ ਨਿਸ਼ਾਨੀ ਰੱਖ ਲਈ, ਆਹ ਦੇਖ। ਕਹਿੰਦੇ ਮੈਂ ਨਹੀਂ ਮੰਨਣਾ, ਨਹੀਂ ਮੰਨੀ। ਹੁਣ ਉੱਥੇ ਕੀ ਫੈਸਲਾ ਆਉਂਦਾ? ਕਹਿ ਰਹੇ ਨੇ ਕਿ ਗੁਰੂ ਰਾਮਦਾਸ ਜੀ ਦੀ ਨਗਰੀ ਹੈ, ਗੁਰੂ ਰਾਮਦਾਸ ਬੈਠੇ ਨੇ, ਤੁਸੀਂ ਉੱਥੇ ਚਲੇ ਜਾਓ, ਜਿਹੜੇ ਸੱਚ ਦਾ ਨਿਬੇੜਾ ਕਰਦੇ ਨੇ। ਸੱਚ ਸਾਵਨਾ ਹੋਏ ਦਾਰੂ, ਪਾਪ ਕੱਢੈ ਐਂ ਕੱਢ ਦਿੰਦੇ ਨੇ, ਨਿਖਾਰ ਦਿੰਦੇ ਨੇ ਅੰਦਰੋਂ ਮਨ ਦੀ ਮਲ ਨੂੰ। ਉੱਥੇ ਚਲੇ ਜਾਓ,
ਤੁਹਾਨੂੰ ਅਸਲੀ ਸੱਚ ਨੂੰ ਐਨ ਉਤਾਰ ਕੇ ਦੇ ਦੇਣਗੇ। ਪਹੁੰਚ ਵੀ ਗਏ, ਗੁਰੂ ਸਾਹਿਬ ਦੀਵਾਨ ਲਾਈ ਬੈਠੇ ਨੇ, ਸੰਗਤਾਂ ਦੇ ਵਿੱਚ ਸਮਾਇਆ, ਬੇਨਤੀ ਕੀਤੀ। ਵਾਹ ਵਾਹ, ਪਾਤਸ਼ਾਹ ਕੀ ਕਹਿੰਦੇ ਨੇ, ਭਾਈ ਬੀਬਾ ਇਹ ਸੱਚ ਹੈ ਕਿ ਇਹ ਤੇਰੇ ਘਰ ਵਾਲਾ ਹੈ? ਆਹ ਦੇਖ ਜਿੱਥੇ ਬੇਰੀ ਸਾਹਿਬ ਖੜ੍ਹੀ ਹੈ ਨਾ, ਇਹਦੇ ਥੱਲੇ ਨੇ ਇਸ਼ਨਾਨ ਕੀਤਾ। ਇੱਥੇ ਕਿਸੇ ਸਮੇਂ ਬਹੁਤ ਸੁੰਦਰ ਵਰ ਦਿੱਤੇ ਹੋਏ, ਬਖਸ਼ਿਸ਼ਾਂ ਦਿੱਤੀਆਂ ਹੋਈਆਂ। ਅੱਜ ਸੰਸਾਰ ਜਾਂਦਾ, ਸੰਗਤ ਜਾਂਦੀ ਹੈ, ਉੱਥੇ ਨਮਸਕਾਰਾਂ ਕਰਦੇ ਨੇ, ਬਹੁਤ ਅੱਛਾ ਹੈ। ਵੱਡੇ ਭਾਗ ਨੇ ਭਾਈ, ਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ, ਗੁਰੂ ਵਾਲੇ ਜ਼ਰੂਰ ਬਣਿਓ। ਮੈਂ 9 ਮਈ ਨੂੰ ਦਿਨ ਦਾ, 8 ਦਾ ਰਾਤ ਦਾ, 12 ਵਜੇ ਤੋਂ 1:30 ਵਜੇ ਦਾ ਸਮਾਂ 10 ਦਾ, ਫਿਰ ਭੋਗ ਦੇ ਸਲੋਕ ਸ਼ੁਰੂ ਹੋ ਜਾਂਦੇ ਨੇ ਪਹਿਲਾਂ ਦੀ ਤਰ੍ਹਾਂ ਮਹਾਂਪੁਰਖਾਂ ਦੇ, ਜਿਵੇਂ ਉਹ ਜਥਾ ਸਾਰਾ ਬੈਠੇ ਹੀ ਨੇ ਭੋਗ ਲਵਾਉਣ ਵਾਲੇ, ਬੜੇ ਪਿਆਰ ਨਾਲ ਪਾਉਂਦੇ ਨੇ। ਬਾਕੀ ਕੀਰਤਨੀਏ ਸਾਰੇ ਸਿੰਘ ਹਾਜ਼ਰੀਆਂ ਭਰਦੇ ਨੇ, ਆਪ ਜ਼ਰੂਰ ਆਪ ਦਰਸ਼ਨ ਦੇਣੇ ਨੇ, ਪਹੁੰਚਣਾ, ਔਰ ਲਾਹਾ ਲਿਓ ਸਮੇਂ ਦੇ ਨਾਲ। ਮੀਟਿੰਗ ਮੈਂ ਬੋਲ ਦਿੱਤੀ, ਮੰਗਲਵਾਰ ਆ ਜਿਹੜਾ ਹੁਣ ਅੱਗੇ ਆ ਰਿਹਾ, ਇਹਨੂੰ ਤੁਸੀਂ 23 ਤਾਰੀਖ ਦਾ ਖਿਆਲ 'ਚ ਆਉਂਦਾ ਵੀ ਆਊਗਾ, 11 ਵਜਦੇ ਨੂੰ ਸ਼ੁਰੂ ਹੋ ਜਾਣੀ ਹੈ। ਉਸ ਤੋਂ ਅਗਲਾ ਫੇਰ ਆ ਰਿਹਾ, ਫਿਰ ਮੀਟਿੰਗ ਸ਼ੁਰੂ ਹੋ ਜਾਣੀ ਹੈ। ਸਭ ਪਹੁੰਚਿਓ ਔਰ ਹਾਜ਼ਰੀਆਂ ਲਵਾਇਓ, ਮੈਂ ਤੁਹਾਨੂੰ ਉਡੀਕੂੰਗਾ ਜ਼ਰੂਰ, ਕਿਉਂਕਿ ਮਹਾਂਪੁਰਖ ਨੇ ਨਗਰਾਂ 'ਚ ਜਾਣਾ, ਪਿੰਡਾਂ 'ਚ ਜਾਣਾ, ਸ਼ਹਿਰਾਂ 'ਚ ਜਾਣਾ, ਮੈਂ ਵਿਦੇਸ਼ ਦੀ ਨਹੀਂ ਕਹੂੰਗਾ। ਵਿਦੇਸ਼ 'ਚ ਕੈਸਟਾਂ ਚਲੇਂਗੇ ਜਾਂ ਜੋ ਸੰਗਤ ਬੈਠੀ ਹੈ ਜਿੱਥੇ ਉਹ ਧੁਨਾਂ ਗੂੰਜਦੀਆਂ ਨੇ, ਅੱਜ ਸਿਓੜੇ ਵਾਲੇ ਸੰਤਾਂ ਦੀਆਂ ਨੇ, ਇਹ ਉਹਦਾ ਸਥਾਨ ਮਾਲਕ ਦਾ ਹੈ। ਇਸ ਭੂਮੀ 'ਤੇ, ਨਾਮ ਜਪਣ ਵਾਲੀ 'ਤੇ ਮੈਂ ਸਭ ਨੂੰ ਬੇਨਤੀ ਕਰਦਾ, ਪਹੁੰਚਿਓ ਜ਼ਰੂਰ। ਔਰ ਜਥੇਦਾਰ ਸਾਹਿਬ ਜਿਤਨੇ ਵੀ ਹੈ, ਉਹ ਆਪਣੇ ਕਾਰਡ ਪੋਸਟਰ ਦਫ਼ਤਰ 'ਚੋਂ ਲੈ ਕੇ ਜਾਇਓ, ਔਰ ਮੰਗਲਵਾਰ ਨੂੰ ਫੇਰ ਦੇਵਾਂਗੇ, ਅੱਜ ਵੀ ਲੈ ਕੇ ਜਾਇਓ। ਸਾਰੇ ਜਥੇਦਾਰ ਸਾਹਿਬਾਨਾਂ ਨੂੰ ਮੈਂ ਬੇਨਤੀ ਕਰਕੇ ਕਹੂੰਗਾ, ਔਰ ਆਸ਼ਕਾ ਗਾ ਮੈਨੂੰ ਪੀਆ ਦੇ ਮਿਲਣ ਦੀ, ਇੱਕ ਪੀਆ ਪ੍ਰੀਤਮ ਪਿਆਰੇ ਦੇ ਉਹਦੇ ਮਿਲਣ ਦੀ ਮੈਂ, ਬਾਬਾ ਫਰੀਦ ਜੀ ਕਹਿੰਦੇ ਨੇ, ਮੈਂ ਹਰ ਵਕਤ ਮੇਰੇ ਅੰਦਰ ਇਹ ਚੱਲੀ ਜਾ ਰਹੀ ਹੈ, ਮੋਹੇ ਕਾਬ ਗੱਲ ਲਾਵੋਂਗੇ, ਮੈਂ ਧੀਮੀ ਜੀ ਸੁਰ 'ਤੇ ਬੜੇ ਪਿਆਰ ਨਾਲ ਪੜ੍ਹਿਓ, ਕਿਉਂ ਨਿਸ਼ਾਨੀਆਂ ਹੁੰਦੀਆਂ ਨੇ ਨਾਮ ਦੇ ਰੱਸੀਆਂ ਦੀਆਂ, ਨਾਮ ਜਪਣ ਵਾਲਿਆਂ ਦੀਆਂ। ਮੈਂ ਉਦੋਂ ਕਿਸੇ ਨੇ ਬਹੁਤਾ ਮੂਹਰੇ ਨਹੀਂ ਸੀ ਫਿਰਦਾ ਦੇਖਿਆ ਮਹਾਂਪੁਰਖਾਂ ਦੇ ਨਾਲ, ਐਂ ਜਿਵੇਂ ਲੁਕੋ ਕੇ ਜੇ ਲਿਆਉਣ ਵਾਲਾ ਕੰਮ ਹੋ ਗਿਆ, ਅਤੇ ਇੱਥੇ ਚੱਲ ਰੋੜੇਵਾਲ ਸਾਹਿਬ ਆ ਗਿਆ, ਮੈਂ ਲਿਆਂਦਾ
ਕੀਰਤਨ ਵੀ ਜੇ ਕਰਨਾ ਤਾਂ ਰੋੜਿਆਲ ਸਾਹਿਬ ਹੀ ਕਰਨਾ, ਹੋਰ ਕਿਤੇ ਨਹੀਂ। ਇੱਕ ਵਾਰੀ ਆਸਾ ਜੀ ਦੀ ਵਾਰ ਮੈਂ ਫਤਿਹਗੜ੍ਹ ਸਾਹਿਬ ਛੱਕੇ ਪੜ੍ਹੇ, ਸਵੇਰੇ ਸਵੇਰੇ ਮੈਂ ਗਿਆ ਸੀ ਸਾਜਰੇ ਅੰਦਰੋਂ ਆਇਆ, ਆਸਾ ਜੀ ਦੀ ਵਾਰ ਚੱਲ ਰਹੀ ਹੈ, ਚਾਰ ਪੰਜ ਸਰੀਰ ਉੱਥੇ ਕਥਾ ਕੀਰਤਨ ਕਰ ਰਹੇ ਨੇ। ਮੇਰਾ ਵੀ ਮਨ ਕੀਤਾ, ਜਿਵੇਂ ਹੁਣ ਕੀਰਤਨੀਆਂ ਹੁੰਦੇ ਨੇ ਕਹਿ ਦਿੰਦੇ ਨੇ ਵੀ ਮੈਨੂੰ ਟਾਈਮ ਨਹੀਂ ਮਿਲਿਆ, ਚਾਹੇ ਇੱਕ ਧਾਰਨਾ ਦਾ ਮਿਲ ਜਾਵੇ। ਮੈਂ ਵੀ ਸੋਚਿਆ ਉੱਧਰ ਨੂੰ ਚਲਿਆ ਗਿਆ, ਉਹਨਾਂ ਨੇ ਬਾਜਾ ਦੇ ਦਿੱਤਾ ਮੈਨੂੰ, ਬਾਜਾ ਛੱਡਤਾ। ਮੈਂ ਧਾਰਨਾ ਪੜ੍ਹੀ ਸੰਤ ਮਹਾਰਾਜ ਜੀਆਂ ਨੇ, ਹੋਰ ਮੈਨੂੰ ਅੰਦਰੋਂ ਭੇਜਿਆ, ਕਹਿੰਦੇ ਆਹ ਕੌਣ ਲੱਗਿਆ ਦੇਖੀ ਜਾ ਕੇ, ਦੇਖੀ ਤਾਂ ਸਹੀ। ਉਹਨੇ ਆ ਕੇ ਜਦ ਦੇਖਿਆ ਉੱਥੇ ਮੈਂ ਕੀਰਤਨ ਕਰਾਂ, ਉੱਥੇ ਮੂਹਰੇ ਪਈ ਹੈ। ਅੱਛਾ ਜਾ ਕੇ ਦੱਸਤਾ, ਕਹਿੰਦੇ ਲਿਆਈ ਮੋੜ ਕੇ। ਹੁਣ ਉਹ ਚਲੋ ਚੜ੍ਹਾਈ ਕਰ ਗਿਆ ਵਿਚਾਰਾ, ਲਿਆ ਬੁਲਾ ਕੇ, ਕਹਿੰਦੇ ਮੈਂ ਚਲਿਆ ਗਿਆ। ਕਹਿੰਦੇ ਤੂੰ ਕੀਰਤਨ ਕਰਦਾ ਨਹੀਂ? ਮੈਂ ਹਾਂਜੀ ਨਹੀਂ। ਕਹਿੰਦੇ ਨਹੀਂ ਕਿਉਂ? ਕਹਿੰਦੇ ਕਰਦਾ ਸੀ। ਮੈਂ ਕਿਹਾ ਜੀ ਮਨ ਕੀਤਾ ਮੈਂ ਇੱਕ ਛੱਕਾ ਪੜ ਜਾਂ। ਕਹਿੰਦੇ ਬਹੁਤ ਅੱਛਾ ਕਮਾਲ ਹੈ, ਮੈਂ ਤਾਂ ਆਪ ਦੇਖਦਾ ਸੀ ਵੀ ਆਹ ਤੂੰ ਲੱਗਿਆ, ਕਦੇ ਸੁਣਿਆ ਤਾਂ ਹੈ ਨਹੀਂ ਤੀ ਤੇਰਾ ਕੀਰਤਨ। ਲਵਾਣੇ ਵਾਲੇ ਆ ਜਾਂਦੇ, ਮੈਂ ਕਿਉਂ ਬੋਲ ਰਿਹਾ, ਇੱਥੇ ਅਸੀਂ ਕਰ ਲੈਂਦੇ ਹੁੰਦੇ ਕੀਰਤਨ ਸਾਰੇ ਮਿਲ ਕੇ। ਕਦੇ ਇਹਨਾਂ ਨੇ ਆਹ ਹਾਰਮੋਨੀਅਮ ਇਹ ਠੀਕ ਕਰ ਜਾਣਾ, ਜਿਹੜਾ ਮਹਾਂਪੁਰਖਾਂ ਵਾਲਾ ਮੈਂ ਪਹਿਲਾਂ ਵਜਾਇਆ ਨਾ, ਮੈਂ ਤਾਂ ਨਮਸਕਾਰ ਕੀਤੀ ਹੈ, ਇਹ ਵੀ ਹੁਕਮ ਹੋਇਆ ਸੀ ਮੈਂ ਆਪ ਨਹੀਂ। ਮੈਨੂੰ ਤਾਂ ਕਾਫੀ ਸਮੇਂ ਦੇ ਕਹਿੰਦੇ ਸੀ, ਉਹ ਨੌਜਵਾਨ ਬੈਠਾ ਲਾਡੀ ਇਹਨੂੰ ਵੀ ਕਹਿੰਦੇ ਤੂੰ ਕਹਿ ਦੇ, ਕਿਹਾ ਨਾ ਬੁਲਾਉਂਗੇ ਮਗਰੋਂ ਵੀ ਉਹਨੂੰ ਬਜਾਇਆ ਕਰ ਤੂੰ ਹਾਰਮੋਨੀਅਮ ਨੂੰ। ਮੇਰੀ ਨਮਸਕਾਰ ਐ ਗੁਰੂਦੇਵ, ਮੇਰੀ ਨਮਸਕਾਰ। ਮੈਂ ਤਾਂ ਇੱਕੋ ਹੀ ਬੇਨਤੀ ਕਰਦਾ, ਤੁਮਰੀ ਕਰਾਂ ਨਿਤਿਆਸਾ, ਹਾਂ ਤੁਮਰੀ ਕਰਾਂ ਨਿਤਿਆਸਾ, ਤੁਮਰੀ ਕਰਾਂ ਨਿਤਿਆਸਾ, ਹਾਂ ਤੁਮਰੀ ਕਰਾਂ ਨਿਤਿਆਸਾ, ਕਰਾਂ ਨਿਤਿਆਸਾ, ਕਬ ਗੱਲ ਲਾਵਾਂਗੇ ਪ੍ਰਭ ਜੀ, ਪ੍ਰਭ ਜੀ ਕਬ ਗੱਲ ਲਾਵਾਂਗੇ, ਹਾਂ ਤੁਮਰੀ ਤੁਮਰੀ ਕਰਾਂ ਨਿਤਿਆਸਾ। ਕਰਾਂ ਨਿਤਿਆਸਾ, ਹਾਂ ਤੁਮਰੀ ਤੁਮਰੀ ਕਰਾਂ ਨਿਤਿਆਸਾ, ਕਬ ਗੱਲ ਲਾਵਾਂਗੇ ਪ੍ਰਭ ਜੀ, ਪ੍ਰ
ਪ੍ਰਭ ਜੀ ਗਮ ਗਲ ਲਾ ਮੰਗੇ ਹਾਂ ਤੁਮਰੀ ਨਿਤ ਪ੍ਰਭ ਜੀ ਉਮਰੀ ਕਰੋ ਨਿਤ ਆਸਾ ਤੁਮਰੀ ਉਮਰੀ ਕਰੋ ਨਿਤ ਆਸਾ ਕਬ ਗਲ ਲਾ ਮੰਗੇ ਪ੍ਰਭ ਜੀ ਪ੍ਰਭ ਜੀ ਕਬ ਗਲ ਲਾ ਮੰਗੇ ਹੋ ਤੁਮਰੀ ਪ੍ਰਭ ਜੀ ਪ੍ਰਭ ਜੀ ਕਿਉਂਕਿ ਮਗਰੋਂ ਸੁਣ ਕੇ ਜਾਇਓ ਸਟੇਜ ਸੈਕਟਰੀ ਦੋ ਜਨਰਲ ਸਕੱਤਰ ਮਹਾਂਪੁਰਖਾਂ ਵਾਲੇ ਇਹ ਦੋ ਬੋਲਣਗੇ ਸਮੇਂ ਅਨੁਸਾਰ ਸਮਾਂ ਕਾਫੀ ਹੋ ਚੁੱਕਿਆ ਹੈ ਭਾਵੇਂ ਹੈ ਪਰ ਨਾਮ ਜਪਦੇ ਹੈ ਇਹਦੇ ਵਿੱਚ ਮਾਲਕ ਕਾਰਜ ਆਪੇ ਕਰੀ ਜਾਂਦਾ ਇਹ ਜ਼ਰੂਰੀ ਹੈ ਹੁਣ ਤੁਸੀਂ ਸਾਥ ਦਿਓ ਗੁਰ ਸਤੋਤਰ ਵਿੱਚ ਮੈਨੂੰ ਠੇਕੇਦਾਰ ਸਾਹਿਬ ਕਹਿਣ ਲੱਗੇ ਪੰਜ ਦੀਵਾਨ ਮੈਂ ਇਹਨਾਂ ਦੇ ਉੱਥੇ ਲਾ ਕੇ ਆਇਆ ਸੋਮਲਖੇੜੀ ਸੂਬੇਦਾਰ ਸਾਹਿਬ ਬੈਠੇ ਨੇ ਇਹ ਕਹਿੰਦੇ ਪੰਜੇ ਦੀਵਾਨਾਂ ਦੇ ਵਿੱਚ ਤੁਸੀਂ ਗੁਰਾਂ ਦੀ ਉਸਤਤ ਕਰਨੀ ਹੈ ਗੁਰ ਸਤੋਤਰ ਪੜ੍ਹਿਓ ਮੈਂ ਕਿਹਾ ਜ਼ਰੂਰ ਪੜ੍ਹੂੰਗਾ ਹੌਲੀ 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 ਕਰ ਦੇਗਾ ਪੰਜਾਂ 'ਚ ਪੜ੍ਹਿਆ ਨਹੀਂ ਤਾਂ ਅਸੀਂ ਪਰ ਬੜੇ ਪਿਆਰ ਨਾਲ ਆਰਾਮ ਨਾਲ ਜਿਹੜਾ ਹਿਰਦੇ ਦੇ ਵਿੱਚ ਵੱਸ ਜਾਵੇ ਐਂ ਪੜ੍ਹਿਓ ਉੱਧਰੋਂ ਸੜਕ ਮੈਂ ਬੋਲਣਾ ਸ਼ਾਇਦ ਭੁੱਲ ਗਿਆ ਬਾਣੀ ਸ਼ੁਰੂ ਕਰਤੀ ਸਕੂਲ ਤੋਂ ਲੱਗੇ ਹੋਏ ਨੇ ਐੱਮ ਐੱਲ ਏ ਸਾਡੇ ਇਸ ਗੁਰੂ ਘਰ ਦੇ ਨਾਲ ਉਹ ਪਹਿਲਾਂ ਤੋਂ ਬਾਬਾ ਪੂਰਨ ਦਾਸ ਜੀ ਦਾ ਸੇਵਕ ਪਰਿਵਾਰ ਹੈ ਉਹ ਜੁੜੇ ਹੋਏ ਨੇ ਉਹ ਕਹਿੰਦੇ ਅਸੀਂ ਬਾਰਸ਼ੀ ਤੋਂ ਪਹਿਲਾਂ ਪਹਿਲਾਂ ਉਦਣ ਕਹਿ ਗਏ ਮੈਨੂੰ ਬਣਾ ਕੇ ਜਾਵਾਂਗੇ ਬਣਾ ਰਹੇ ਨੇ ਬਹੁਤ ਉਹਨਾਂ ਦੀ ਸ਼ਰਧਾ ਹੈ ਜਿਵੇਂ ਰਖੜਾ ਸਾਹਿਬ ਨੇ ਆਹ ਮਹਾਂਪੁਰਖਾਂ ਨੇ ਕਹਿ ਦਿੱਤਾ ਸੀ ਉਸ ਵਕਤ ਸਮੇਂ ਨਾਲ ਆਹ ਸਾਰੀ ਐਸ ਲੁੱਟ ਸੜਕ ਘੁਮਾ ਦਿੱਤੀ ਹੈ ਉੱਧਰ ਉੱਪਰਲੇ ਪਾਸਿਓਂ ਪਿੰਡ ਦੇ ਨਗਰ ਐਂ ਡੇਰੇ ਦੇ ਉੱਪਰ ਦੀ ਘੁਮਾਤੀ ਔਰ ਨਗਰ ਵੱਲ ਦੀ ਵੀ ਲਿਆਉਂਦੀ ਸੀ ਇਹ ਹੁੰਦੇ ਨੇ ਸ਼ਰਧਾਵਾਨ
ਇਹ ਹੁੰਦੇ ਨੇ ਬਚਨ ਕਮਾਉਣ ਵਾਲੇ। ਜੇ ਕਿਹਾ ਤਾਂ ਕਰ ਵੀ ਦਿੱਤਾ। ਸਾਰੇ ਬੜੇ ਪਿਆਰ ਨਾਲ ਦੂਰ ਦਰੇਡਿਆਂ ਤੋਂ ਆਏ ਨੇ, ਬਹੁਤ ਪਿਆਰ ਨਾਲ ਆਏ ਨੇ। ਸੰਗਤ ਸੰਤਾਂ ਦੀ ਇਹ ਮੈਨੂੰ ਪਹਿਲਾਂ ਤੋਂ ਹੀ ਹੈ, ਇੱਕ ਇੱਕ ਕਰਦਾ ਮੈਂ ਕਈ ਪੜ੍ਹ ਜਾਂਦਾ ਹੁਣ। ਜੇ ਸੰਤਾਂ ਦੀ ਸੰਗਤ ਕਰਦੇ ਨਾ ਭਾਈ, ਘੱਟੇ ਪਾਪ ਕਰੋੜਾ, ਸੰਗਤ ਸੰਤਾਂ ਦੀ ਘੱਟਦੀ ਪਾਪ ਕਰੋੜਾ, ਧੂੜੀ ਸੰਤਾਂ ਦੀ ਕੱਟੇ ਪਾਪ ਕਰੋੜਾ, ਧੂੜੀ ਸੰਤਾਂ ਦੀ ਕੱਟੇ ਪਾਪ ਕਰੋੜਾ, ਧੂੜੀ ਸੰਤਾਂ ਦੀ ਦਾਨ ਮਹਿੰਡਾ ਤਲੀ ਗਾਗ, ਜੇ ਮਿਲਿਆ ਤਾਂ ਮਸਤਕ ਮਿਲਦੀ, ਮਸਤਕ ਲਾਲਾ ਧੂੜੀ ਸੰਤਾਂ ਦੀ ਮਿਲਦੀ, ਮਸਤਕ ਲਾਲਾ ਧੂੜੀ ਸੰਤਾਂ ਦੀ ਜੇ ਮਿਲਦੀ। ਕੱਟੇ ਪਾਪ ਕਰੋੜਾ, ਧੂੜੀ ਹਾਂ ਕੱਟਦੀ ਪਾਪ ਕਰੋੜਾ, ਧੂੜੀ ਸੰਤਾਂ ਦੀ ਬੜੇ ਪਿਆਰ ਨਾਲ ਮੈਂ ਦੇਖਿਆ ਸੀ। ਵਿਸਾਖੀ ਦੇ ਸਮੇਂ 'ਤੇ ਸਾਰਿਆਂ ਨੂੰ ਮੀਟਿੰਗਾਂ ਵੀ ਕੀਤੀਆਂ, ਜ਼ਰੂਰੀ ਵੀ ਹੁੰਦਾ, ਉਹਦੇ 'ਚ ਟਾਲ ਕੋਈ ਨਹੀਂ ਹੁੰਦੀ, ਉਹ ਕਾਰਜ ਕੰਮ ਹੋਰ ਦਿਨਾਂ 'ਚ ਹੋ ਜਾਂਦਾ ਹੁੰਦਾ। ਪਿਆਰੀ ਧਨ ਹੈ, ਧਨ ਹੈ ਗੁਰੂ ਨਾਨਕ ਸਾਹਿਬ, ਧਨ ਹੈ ਗੁਰੂ
ਸਾਰੇ ਧਨ ਹੈ ਧਨ ਹੈ, ਗੁਰੂ ਅੰਗਦ ਦੇਵ ਜੀ ਧਨ ਹੈ। ਪਿਆਰੇ ਧਨ ਹੈ ਧਨ ਹੈ, ਗੁਰੂ ਅਮਰਦਾਸ ਸਾਹਿਬ ਧਨ ਹੈ। ਪਿਆਰੇ ਧਨ ਹੈ ਧਨ ਹੈ, ਗੁਰੂ ਰਾਮਦਾਸ ਸਾਹਿਬ ਧਨ ਹੈ। ਪਿਆਰੀ ਧਨ ਹੈ ਧਨ ਹੈ, ਗੁਰੂ ਅਰਜਨ ਦੇਵ ਸਾਹਿਬ ਧਨ ਹੈ। ਧਨ ਪਿਆਰੀ ਧਨ ਹੈ ਧਨ ਹੈ, ਗੁਰੂ ਹਰਗੋਬਿੰਦ ਸਾਹਿਬ ਧਨ ਹੈ। ਪਿਆਰੀ ਧਨ ਹੈ ਧਨ ਹੈ, ਗੁਰੂ ਸ੍ਰੀ ਹਰ ਰਾਏ ਸਾਹਿਬ ਧਨ ਹੈ। ਪਿਆਰੀ ਧਨ ਹੈ ਧਨ ਹੈ, ਗੁਰੂ ਸ੍ਰੀ ਹਰ ਕ੍ਰਿਸ਼ਨ ਸਾਹਿਬ ਧਨ ਹੈ। ਪਿਆਰੀ ਧਨ ਹੈ ਧਨ ਹੈ, ਗੁਰੂ ਤੇਗ ਬਹਾਦਰ ਸਾਹਿਬ ਧਨ ਹੈ। ਪਿਆਰੀ ਧਨ ਹੈ ਧਨ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ। ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਧਨ ਪਿਆਰੇ ਧਨ ਹੈ ਧਨ ਹੈ, ਤੇਰਾ ਪੰਥ ਖਾਲਸਾ ਧਨ ਹੈ।
ਪਿਆਰੇ ਧਨ ਹੈ ਧਨ ਹੈ ਸਾਧ ਸੰਗਤ ਜੀ ਧਨ ਹੈ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਬੋਲ ਕਦੀ ਨਾ ਡੋਲ ਵਾਹਿਗੁਰੂ ਬੋਲ ਕਦੀ ਨਾ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੂੰ ਦਰਗਾਹ ਚ ਪਾਵੇਂ ਮਾਣ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮ ਬੈ ਅਰਦਾਸ ਜੀਓ ਸਗਲ ਸਮਗਰੀ ਤੁਮਰੈ ਸੂਤਰ ਤੁਮ ਤੇ ਹੋਏ ਸੋ ਆਗਿਆ ਤੁਮਰੀ ਗਤ ਮਿਤ ਨਾਨਕ ਦਾਸ ਤੁਦ ਆ ਗਏ ਅਰਦਾਸ ਜੀਓ ਪਿੰਡ ਸਾਹਿਬ
ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੈ ਮੇਰਾ ਵਾਹਿਗੁਰੂ। ਵਾਹਿਗੁਰੂ 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 ਸਾਹਿਬ ਜੀਓ ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾਕੋ ਵਿਘਨ ਕੂ ਲਾਗੈ ਜਾ ਕੀ ਪ੍ਰਵਾ ਗਿਆ ਅਰਦਾਸ ਅਰਦਾਸ ਇੱਕੋ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨਾਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਠ ਦਰਸ਼ਨ ਦਿਦਾਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਆਪ ਜੀਆਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਆਣ ਡਿਠ ਕੀਤਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਪ੍ਰਥਮ ਹੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾ ਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਵਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲਣਾ ਜੀ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਚਰਨਾਂ ਕਮਲਾਂ ਪਾਸ ਅਰਦਾਸਾਂ ਬੇਨਤੀਆਂ ਜੋਦੜੀਆਂ ਹਨ ਮਹਾਰਾਜ ਜੀਓ ਆਪ ਜੀਆਂ ਦੀ ਕਿਰਪਾ ਦਾ ਸਦਕਾ ਆਪ ਜੀਆਂ ਦੇ ਤਪ ਅਸਥਾਨ ਪ੍ਰਾਚੀਨ ਉਦਾਸੀਨ ਡੇਰਾ ਫਕੀਰੋਂ ਕੇ ਬਖਸ਼ਿਸ਼ੇ ਧਰਤੀ ਗੁਫਾ ਸਰ ਸਾਹਿਬ ਵਿਖੇ ਆਪ ਜੀਆਂ ਦੇ ਦਰੋਂ ਘਰੋਂ ਬਖਸ਼ੇ ਮਹਾਂਪੁਰਖ ਸੰਤ ਬਾਬਾ ਦੇਵਾਦਾਸ ਜੀ ਮਹਾਰਾਜ ਸੰਤ ਬਾਬਾ ਪੂਰਨਦਾਸ ਜੀ ਮਹਾਰਾਜ ਸ਼੍ਰੀਮਾਨ 111 ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜੀਓ ਮੌਜੂਦਾ ਗੱਦੀ ਨਸ਼ੀਨ ਮਹਾਂਪੁਰਖਾਂ ਦੀ ਸਰਪ੍ਰਸਤੀ ਹੇਠ ਸੁਦੀ ਦਸਵੀਂ ਦੇ ਦਿਹਾੜਿਆਂ ਨੂੰ ਮੁੱਖ ਰੱਖਦੇ ਹਾਂ ਮਹਾਰਾਜ ਜੀਓ ਜਿਹੜੇ ਸੇਵਕ ਪਰਿਵਾਰਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਸੇਵਾ ਹੋਈ ਹੈ ਪਹਿਲੇ ਸ਼੍ਰੀ ਅਖੰਡ ਪਾਠ ਸਾਹਿਬ ਆਪ ਜੀਆਂ ਦੇ ਦਰ ਘਰ ਦੇ ਸੇਵਕ ਸੁਖਮਨਦੀਪ ਸਿੰਘ ਪੁੱਤਰ ਸਰਦਾਰ ਅੰਮ੍ਰਿਤ ਸਿੰਘ ਪਿੰਡ ਕਾਂਜਲਾ ਸਾਹਿਬ ਤੋਂ ਕੈਨੇਡਾ ਜਾਣ ਦੇ ਸ਼ੁਕਰਾਨੇ ਵਜੋਂ ਮਾਤਾ ਗੁਰਚਰਨ ਕੌਰ ਪਤਨੀ ਸਰਦਾਰ ਜਸਪਾਲ ਸਿੰਘ ਦੋਤਾ ਨਵਦੀਪ ਸਿੰਘ ਪਿੰਡ ਮਾਜਰੀ ਕਿਸ਼ਨੇਵਾਲੀ ਬਲਵਿੰਦਰ ਸਿੰਘ ਪੁੱਤਰ ਸਰਦਾਰ ਸੁਖਦੇਵ ਸਿੰਘ ਪਿੰਡ ਕੁੰਬੜੇ ਮੋਹਾਲੀ ਤੋਂ ਮਹਾਰਾਜ ਜੀਓ ਹਰਜੋਤ ਸਿੰਘ ਪੁੱਤਰ ਸਰਦਾਰ ਧਰਮਿੰਦਰ ਸਿੰਘ ਪਿੰਡ ਰਪਾਲੋਂ ਤੋਂ ਮਹਾਰਾਜ ਜੀਓ ਆਪ ਜੀਆਂ ਦੇ ਸਥਾਨਾਂ 'ਤੇ ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਸੇਵਾ ਹੋਈ ਹੈ
ਕਿਰਪਾ ਕਰਨੀ ਮਹਾਰਾਜ ਜੀ, ਉਹ ਸੇਵਕ ਪਰਿਵਾਰ ਦੇ ਕਾਰਜ ਰਾਸ ਕਰਨੇ, ਦਿਨ ਦੁੱਗਣੀਆਂ, ਰਾਤ ਚੌਗਣੀਆਂ, ਤਰੱਕੀਆਂ ਬਖਸ਼ਣੀਆਂ, ਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀਆਂ ਕਲਾ ਬਖਸ਼ਣੀਆਂ। ਸੁਦੀ ਦਸਮੀ ਦੇ ਦਿਹਾੜਿਆਂ ਨੂੰ ਮੁੱਖ ਰੱਖਦੇ ਹਾਂ ਸੰਤ ਖਾਲਸਾ ਪ੍ਰਕਾਸ਼ ਕੀਰਤਨ ਦਰਬਾਰ ਸਜਾਏ ਗਏ ਸਜੇ ਦੀਵਾਨਾਂ ਵਿੱਚ ਗੁਫਾ ਸਰ ਸਾਹਿਬ ਦੇ ਅਧੀਨ ਸ਼੍ਰੀ ਮਹਾਂਪੁਰਖਾਂ ਦੁਆਰਾ ਮਨੋਹਰ ਕੀਰਤਨ ਦੁਆਰਾ ਕਥਾ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਹੈ। ਮਹਾਂਪੁਰਖਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ। ਹਰ ਬਾਏ ਹਰ ਦਾਏ ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚਾ ਕੇ ਰੱਖਣਾ ਮਹਾਰਾਜ ਜੀ, ਦੀਰਘ ਆਜੂਆਂ ਬਖਸ਼ਣੀਆਂ। ਆਪ ਜੀਆਂ ਦੀ ਹਜ਼ੂਰੀ ਵਿੱਚ ਕੀਰਤਨੀ ਸਿੰਘਾਂ ਪਾਸੋਂ ਹਾਜ਼ਰੀਆਂ ਭਰੀਆਂ ਗਈਆਂ, ਹਾਜ਼ਰੀਆਂ ਪ੍ਰਵਾਨ ਕਰੀਆਂ। ਜਿਹੜੀਆਂ ਵੀ ਸੰਗਤਾਂ ਨੇ ਆਪ ਜੀਆਂ ਦੇ ਸਥਾਨਾਂ 'ਤੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ, ਸੇਵਾਵਾਂ ਮਨਜ਼ੂਰ ਕਰਨੀਆਂ, ਸਮੂਹ ਸੰਗਤ ਨੂੰ ਆਪਣੇ ਦਰੋਂ ਘਰੋਂ ਨਾਮ ਬਾਣੀ ਦੀ ਦਾਤ ਬਖਸ਼ਣੀ, ਸੇਵਾ ਕਰਨ ਦਾ ਵੱਲ ਉੱਦਮ ਬਖਸ਼ਣਾ, ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦੇ ਹਾਂ ਆਪ ਜੀਆਂ ਦੀ ਹਜ਼ੂਰੀ ਵਿੱਚ ਪੰਚਾਂ ਅੰਮ੍ਰਿਤ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਹਾਜ਼ਰ ਹਨ। ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਲੱਗਿਆ ਸ਼ੀਤ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁੱਲ ਭੇਟਾ ਪ੍ਰਵਾਨ ਕਰਨਾ, ਨਗਰ ਖੇੜੇ ਸੁੱਖ ਸ਼ਾਂਤੀਆਂ ਵਰਤਾਉਣੀਆਂ, ਸਥਾਨਾਂ ਦੀਆਂ ਦਿਨ ਦੁੱਗਣੀਆਂ, ਰਾਤ ਚੌਗਣੀਆਂ, ਤਰੱਕੀਆਂ ਬਖਸ਼ਣੀਆਂ। ਕਰੋ ਕਿਰਪਾ ਮਹਾਰਾਜ ਜੀਓ, ਨਿਹਾਲ ਤਾਈਆਂ ਦੇ ਹੁਕਮਨਾਮੇ ਸਹਿ ਬਖਸ਼ ਕੇ ਸੰਗਤਾਂ ਨੂੰ ਨਦਰੋ ਨਦਰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਆਵੈ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸੱਜਣ ਸੱਚਾ ਪਾਤ ਸਾਹੋ, ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆਂ ਸੋਹੀਆ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ, ਅਵਨਾਸੀ ਜੀ ਅਨਕੋ ਦਾਤਾ, ਸਿਮਰਤ ਸਾਮਲ ਖੋਈ, ਗੁਣ ਨਿਧਾਨ ਭਗਤਨ ਕੋ ਵਰਤਨਾ, ਬਿਰਲਾ ਪਾਵੈ ਕੋਈ। ਅਵਨਾਸੀ ਜੀ ਅਨਕੋ ਦਾਤਾ, ਸਿਮਰਤ ਸਾਮਲ ਖੋਈ, ਗੁਣ ਨਿਧਾਨ ਭਗਤਨ ਕੋ ਵਰਤਨਾ, ਬਿਰਲਾ ਪਾਵੈ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸਰਨ ਪਿਆ ਸੁਖ ਪਾਈਐ, ਬੋੜ ਦੁਖ ਨਾ ਹੋਈ। ਰਹਾਉ ਬੜਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟ ਤੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਬਾਛੈ,
ਜਿਨ ਹਰ ਨਾਮ ਹਿਰਦੈ ਪਰੋਈ। ਬੜਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟ ਤੁਰਮਤ ਖੋਈ। ਤਿਨਕੀ ਧੂਰ ਨਾਨਕ ਦਾਸ ਬਾਛੈ, ਜਿਨ ਹਰ ਨਾਮ ਹਿਰਦੈ ਪਰੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਇਹ ਭਾਗਾਂ ਵਾਲਾ, ਬਹੁਤ ਹੀ ਸੁੱਖਾਂ ਵਾਲਾ, ਖੇੜਿਆਂ ਵਾਲਾ, ਆਨੰਦ ਵਾਲਾ ਇਹ ਸਮਾਂ ਸੋਧੀ ਦਸਮੀ ਦਾ, ਜਿਸ ਦੇ ਵਿੱਚ ਆਪਾਂ ਸਾਰਿਆਂ ਨੇ ਹਾਜ਼ਰੀ ਭਰੀ ਹੈ ਔਰ ਮਹਾਂਪੁਰਖਾਂ ਪਾਸੋਂ ਬਹੁਤ ਹੀ ਵੈਰਾਗਮਈ ਆਨੰਦਮਈ ਕੀਰਤਨ ਆਪਾਂ ਸਰਵਣ ਕੀਤਾ ਹੈ। ਜੋ ਆਉਣ ਵਾਲਾ ਅੱਗੇ ਪ੍ਰੋਗਰਾਮ ਨੇ ਜਾਂ ਜਿਹੜੀਆਂ ਜਿਹੜੀਆਂ ਸੰਗਤਾਂ ਨੇ ਵਿਸਾਖੀ ਦੇ ਦਿਹਾੜੇ 'ਤੇ, ਕੋਈ ਨਾ ਕੋਈ ਸਬੱਬ ਬਣਿਆ ਰਹਿੰਦਾ। ਹੁਣ ਤਾਂ ਸੰਗਤ ਦਾ ਲਗਾਤਾਰ ਹੀ ਹੈ, ਕਿਤਨੀ ਰੌਣਕ ਰਹਿੰਦੀ ਹੈ ਸੰਗਤ ਦੀ ਵਿਸਾਖੀ ਦੇ ਦਿਹਾੜੇ 'ਤੇ। ਕਿਤਨਾ ਕੁਛ ਵਰਤਿਆ, ਕਿਤਨਾ ਆਨੰਦ ਵਰਤਿਆ, ਕਿਤਨੇ ਲੰਗਰ ਵਰਤੇ ਨੇ, ਕਿਤਨੇ ਜੱਗ ਹੋਏ ਨੇ। ਔਰ ਮਹਾਰਾਜ ਸਾਹਿਬ ਜੀ ਦੇ ਜੋ ਪ੍ਰਬੰਧਕ ਜਥੇਦਾਰ ਸਾਹਿਬਾਨ ਔਰ ਸੰਗਤਾਂ ਵੱਲੋਂ, ਕਿਉਂਕਿ ਸੰਤ ਮਹਾਰਾਜ ਸਾਹਿਬ ਜੀ ਦਾ ਇਹ ਮਾਣ ਉਸ 20ਵੀਂ ਸਦੀ ਦੇ ਅਵਤਾਰ ਧੰਨ ਧੰਨ ਸੰਤ ਤਤਰ ਸਿੰਘ ਜੀ ਮਹਾਰਾਜ ਗੁਰਸਾਗਰ ਮਸਤੂਆਣਾ ਸਾਹਿਬ ਵਾਲਿਆਂ, ਉਸ ਧਰਤੀ ਨੂੰ, ਉਸ ਇਲਾਕੇ ਨੂੰ, ਕਹਿੰਦੇ ਵੀ ਜਦੋਂ ਮਸਤੂਆਣਾ ਸਾਹਿਬ ਦੀ ਸੰਗਤ ਆ ਜਾਂਦੀ ਹੈ ਸਾਡਾ ਜੱਗ ਸੰਪੂਰਨ ਹੋ ਜਾਂਦਾ। ਹੁਣ ਵੀ ਸੰਤ ਮਹਾਰਾਜ ਸਾਹਿਬ ਜੀ ਜੋ ਮੌਜੂਦਾ ਹਨ, ਇਹਨਾਂ ਨੇ ਉਹੀ ਪਿਆਰ ਸਤਿਕਾਰ ਔਰ ਉਸ ਧਰਤੀ ਦਾ ਵੀ ਜੋ 20ਵੀਂ ਸਦੀ ਦੇ ਅਵਤਾਰਾਂ ਤੋਂ ਇੱਕ ਵਹਿਣ ਵਗੇ ਹੈ, ਉਹ ਉਵੇਂ ਜੇ ਕਰੀ ਚੱਲ ਰਿਹਾ ਹੈ। ਔਰ ਜਥੇਦਾਰ ਦਦਾਰ ਸਿੰਘ ਜੀ ਕਾਂਝਰਾ ਦੱਸ ਰਹੇ ਸੀਗੇ ਕਿ ਜੋ ਬਹਾਦਰਪੁਰ ਤੋਂ ਧਰਮ ਸਿੰਘ ਜੀ ਨੇ, ਅਸੀਂ ਤਾਂ ਉਹਨਾਂ ਨੂੰ ਸਿਰਫ ਇਹ ਕਹਿ ਦੇਣਾ ਕਿ ਸਾਨੂੰ ਇੰਨੀਆਂ ਗੱਡੀਆਂ ਦੀ ਜ਼ਰੂਰਤ ਹੈ, ਉਨੀ ਗੱਡੀਆਂ ਭੇਜ ਦੇਣੇ। ਕੋਈ ਵੀ ਸੇਵਾ ਦਾ ਸਮਾਂ ਜਾਂ ਬੜੇ ਸਮਾਗਮਾਂ ਦਾ ਸਮਾਂ ਬਹਾਦਰਪੁਰ ਤੋਂ ਨਾਲ ਹੀ, ਇਹ ਸਾਰੀਆਂ ਪੁਰੀਆਂ ਵਾਂਗ ਹੀ ਜਿਵੇਂ ਮਹਾਰਾਜ ਸਿਰਸਰ ਸਿਉੜਾ ਸਾਹਿਬ ਵਾਲੇ ਇਹਨਾਂ ਨਗਰਾਂ ਨੂੰ ਸੰਤ ਮਹਾਰਾਜ ਅਤਰ ਸਿੰਘ ਜੀ ਦੀਆਂ ਪੁਰੀਆਂ ਕਿਹਾ ਕਰਦੇ ਸੀ ਮਾਣ ਸਤਿਕਾਰ ਜੀ, ਕਿ ਉਹਨਾਂ ਦੀਆਂ ਦਰਗਾਹ ਦੀਆਂ, ਉਹਨਾਂ ਦੇ ਸੱਚਖੰਡ ਦੀਆਂ ਇਹ ਪੁਰੀਆਂ ਵਾਂਗ ਇਹ ਨਗਰ ਨੇ। ਸੋ ਕੋਈ ਇੱਥੇ ਸੰਗਤ ਦਾ ਜੋ ਵਹਾਉ ਆਨੰਦ ਉਹ ਦਿਨ ਦੇ ਵਿੱਚ ਇੰਨਾ ਖੁਸ਼ ਕਿ ਸਾਡੇ ਅੱਜ ਜਿੱਥੇ ਸੰਤ ਗੁਰੂ ਖਾਲਸੇ ਦਾ ਸਾਜਨਾ ਦਿਵਸ ਹੈ, ਇਹਦੇ ਨਾਲ ਨਾਲ ਸਾਡੇ ਗੁਰਦੇਵ ਮਹਾਰਾਜ ਸੰਤ ਮਹਾਰਾਜ ਸਾਹਿਬ ਜੀ ਦਾ ਆਗਮਨ ਦਿਵਸ ਹੈ। ਸੰਗਤ ਨੇ ਕੋਈ ਕਸਰ ਨਹੀਂ ਛੱਡੀ, ਜਿਤਨੀ ਵੀ ਸੰਗਤ ਆਈ ਹੈ ਉਹਦੇ ਵਾਸਤੇ ਕਿਤਨੇ ਪਦਾਰਥ ਬਣੇ ਨੇ। 36 ਪਦਾਰਥਾਂ ਤੋਂ ਵੀ ਜੇ ਵੀ ਆਪਾਂ ਉੱਪਰ ਦੀ ਕਹਿ ਦਈਏ ਤਾਂ ਉਹ ਇੱਥੇ ਵਰਤਾਰਾ ਔਰ ਪਿਆਰ ਸਤਿਕਾਰ ਆਰਾਮ ਸਤਿਸੰਗ ਦਾ ਸਮਾਂ ਪਹਿਲਾਂ ਹੀ ਖੁਸ਼ੀਆਂ ਸ਼ੁਰੂ ਕਰ ਦੇਣੀਆਂ। ਸੰਤ ਮਹਾਰਾਜ ਜੀ ਦਾ ਇਹ ਸੰਦੇਸ਼ ਸਾਰਿਆਂ ਵਾਸਤੇ ਸੀ ਕਿ ਰਾਤਰੀ ਦੇ ਸਮੇਂ ਤੁਸੀਂ ਆਪ ਸਭ ਨੇ ਪਹੁੰਚ ਜਾਣਾ। ਸੋ ਤਰੀਕ ਬਦਲਣ ਤੱਕ 12 ਤੋਂ 13 ਤੱਕ ਕੀਰਤਨ ਦਰਬਾਰ ਹੋਇਆ, ਉਪਰੰਤ ਫਿਰ ਨਿਤਨੇਮ ਦਾ ਸਮਾਂ 4:30 ਵਜੇ ਦੇ ਨਾਲ ਅਕਬਰਪੁਰ ਛੰਨਾ ਦਾ ਸੰਤ ਮਹਾਰਾਜ ਜੀ ਵੱਲੋਂ ਉਹਨਾਂ ਦੇ ਲੰਗਰ ਦਾ ਜੋ ਠੰਡਿਆਂ ਦਾ ਲੰਗਰ ਸੀ ਉਦਘਾਟਨ ਸਵੇਰੇ ਅੰਮ੍ਰਿਤ ਵੇਲੇ ਹੀ, ਫਿਰ 4:30 ਵਜੇ ਫਿਰ ਵੱਜ ਫਿਰ ਹੋ ਲਏ ਸੀਗੇ। ਔਰ ਮੈਨੂੰ ਆਪ ਨੂੰ ਪੂਰਾ ਇਹ ਆ ਕਿ ਜਦੋਂ ਮੈਂ ਲੰਗਰ ਛਕਣ ਗਿਆ ਉਦੋਂ 4 ਹੋਏ ਸੀ, ਤਾਂ ਜਥੇਦਾਰ ਅਜੈਬ ਸਿੰਘ ਹੋਰਾਂ ਵੱਲੋਂ ਪੁਨਾਲ ਵੱਲੋਂ ਟਿੱਕੀਆਂ ਦਾ ਲੰਗਰ ਚੱਲ ਰਿਹਾ ਸੀ, ਮੈਂ ਲਾਈਨ ਦੇ ਵਿੱਚ ਖੜ੍ਹ ਕੇ ਉਸ ਵੇਲੇ ਵੀ। ਹੁਣ ਇਹ 14-15 ਘੰਟਿਆਂ ਦੇ ਵਿੱਚ ਇਹ ਜੋ
ਗੁਰੂ ਮਹਾਰਾਜ ਸਾਹਿਬ ਜੀ ਦੇ ਲੰਗਰ ਤੋਂ ਇਲਾਵਾ ਇਹ ਸੰਗਤਾਂ ਵੱਲੋਂ ਖੁਸ਼ੀਆਂ ਦੇ ਨਾਲ ਆਹ ਪਦਾਰਥ ਵਰਤੇ ਨੇ। ਫਿਰ ਡਰਾਈ ਫਰੂਟ ਦਾ ਹੋ ਗਿਆ, ਫਲਾਂ ਦਾ ਹੋ ਗਿਆ, ਖੀਰਾਂ ਦਾ ਹੋ ਗਿਆ। ਹੁਣ ਕਿਤਨੇ ਕੁ ਵੀ ਆਪਾਂ ਕਹੀ ਜਾਈਏ ਡਰਾਈ ਫਰੂਟ, ਸਾਡੇ ਜਿਹੜੇ ਸੁਖਦੀਪ ਸਿੰਘ ਜੀ ਟੋਡਰ ਮਾਜਰਾ, ਕਿੰਨਾ ਮਹਿੰਗਾ ਹੁੰਦਾ ਸੁੱਕਾ ਮੇਵਾ, ਐਂ ਲੱਪ ਬੁੱਕ ਭਰ ਭਰ ਕੇ ਸੰਗਤ ਨੂੰ ਵਰਤਾਏ ਗਏ ਨੇ। ਸੋ ਇਹ ਜਾਈਏ ਬਲਿਹਾਰ, ਇਹਨਾਂ ਸੇਵਕਾਂ ਦੀ ਸੇਵਾ ਤੋਂ ਵੀ ਬਲਿਹਾਰ ਜਾਈਏ। ਫਿਰ ਨਾਲ ਹੀ ਜਿਵੇਂ ਮਹਾਰਾਜ ਸਾਹਿਬ ਜੀ ਤੋਂ ਸੁਣਿਆ ਕਿ ਫਿਰ ਐਂ ਹੁੰਦਾ ਜਦੋਂ ਸੰਗਤ ਚਲੀ ਜਾਂਦੀ ਹੈ ਫਿਰ ਹੁਣ ਕੀ ਕਰ, ਫਿਰ ਜੀ ਨੂੰ ਫਿਰ ਉਹੀ ਕੁਛ ਫਿਰ ਉੱਥੇ ਹੀ ਆ ਜਾਂਦਾ। ਜਿਵੇਂ ਮਹਾਰਾਜ ਸਾਹਿਬ ਜੀ ਨੇ ਵਿਰਾਗ ਦੀਆਂ ਧਾਰਨਾ ਪੜ੍ਹੀਆਂ ਨੇ, ਫਿਰ ਐਂ ਹੁੰਦਾ ਚਲੋ ਹੁਣ ਮੰਗਲਵਾਰ ਆ ਗਿਆ, ਫਿਰ ਹੁਣ ਦਸਵੀਂ ਦਾ, ਅੱਜ ਆਪਾਂ ਸਾਰੇ ਫਿਰ ਜਦੋਂ ਐਂ ਇਕੱਠੇ ਹੋਏ ਹੁੰਦੇ ਹਾਂ ਮਿਲਵੇ ਕੀ ਮਹਿਮਾ ਵਰ ਨਾ ਸਕੇ, ਜਦੋਂ ਮਿਲੇ ਹੁੰਦੇ ਹਾਂ ਮਿਲਦੇ ਹਾਂ ਉਹਦਾ ਕਿਤਨਾ ਕੁ ਸੁੱਖ ਹੈ, ਕਿੰਨੀ ਕੁ ਖੁਸ਼ੀ ਹੈ, ਉਹ ਸਾਰਾ ਜੋ ਵਿਰਾਗ ਹੈ ਦੁੱਖ ਹੈ ਉਹ ਭੁੱਲ ਜਾਈਦਾ। ਫਿਰ ਆਨੰਦ ਦੇ ਵਿੱਚ ਫਿਰ ਹੁਣ ਅੱਗੇ ਸੰਤ ਮਹਾਰਾਜ ਸਾਹਿਬ ਜੀ ਵੱਲੋਂ ਜੋ ਆਪਾਂ ਆਪਣੇ ਸਭ ਵਾਸਤੇ ਕਿ ਸਭ ਨੇ ਬਈ 8 ਤਰੀਕ ਦਾ 7, 8, 9 ਦਾ, ਕਿਉਂਕਿ 2 ਮੀਟਿੰਗਾਂ ਦਾ, ਤੀਸਰੀ ਮੀਟਿੰਗ ਦੇ ਵਿੱਚ ਹੀ ਆ ਜਾਣੀ ਹੈ। ਹੁਣ 23 ਦੀ ਮੀਟਿੰਗ ਹੈ, ਦਿਨ ਮੰਗਲਵਾਰ 11 ਵਜੇ ਦਾ ਸਮਾਂ ਮੁਕਰਰ ਕੀਤਾ ਗਿਆ। ਉਸ ਤੋਂ ਬਾਅਦ ਫਿਰ 30 ਅਪ੍ਰੈਲ ਦਾ ਆ ਗਿਆ, 2 ਮੀਟਿੰਗਾਂ, ਫਿਰ 7 ਮਈ ਦੀ ਹੈ ਉਹ ਫਿਰ ਵਿੱਚ ਆ ਜਾਂਦੀ ਹੈ ਤੀਸਰੀ ਮੀਟਿੰਗ। ਸੋ 2 ਮੀਟਿੰਗਾਂ ਦੇ ਵਿੱਚ ਸਾਡੇ ਜਥੇਦਾਰ ਸਾਹਿਬਾਨ ਔਰ ਪ੍ਰਬੰਧਕ ਪ੍ਰਬੰਧ ਇੱਥੇ ਹੁਣ ਚੜ੍ਹਦੇ ਤੋਂ ਚੜ੍ਹਦਾ, ਇਹ ਤਾਂ ਹੁਣ ਸਾਨੂੰ ਸੰਤ ਮਹਾਰਾਜ ਵੀ ਇੱਕ ਮਾਣ ਦੇ ਰਹੇ ਨੇ, ਮੈਂ ਕਹਿਣਾ ਮਾਣ ਦੇ ਰਹੇ ਨੇ। ਪ੍ਰਬੰਧ ਇੱਥੇ ਸਾਰੇ ਹੋਏ ਨੇ, ਅਸੀਂ ਤਾਂ ਆ ਕੇ ਇੱਕ ਖੜ੍ਹ ਜਾਣਾ ਬਸ, ਕਿੰਨੀ ਵਡਿਆਈ ਮਿਲ ਰਹੀ ਹੈ ਇਸ ਦੇ ਨਾਲ ਹੀ। ਔਰ ਘੋਲ ਕਮਾਈ ਜੋ ਸੰਗਤਾਂ ਦੀ ਹੈ, ਉਹਨਾਂ ਦਾ ਪਿਆਰ ਹੈ, ਉਹਦੇ ਤੋਂ ਜਾਈਏ ਬਲਿਹਾਰ, ਉਹਨਾਂ ਤੋਂ ਕਿਤਨੇ ਵੀ ਕਰਵਾਉਣ ਜਾਈਏ ਉਹ ਨਹੀਂ ਦੇਣ ਦਿੱਤਾ ਜਾ ਸਕਦਾ। ਜੋ ਸੰਗਤ ਇੱਥੇ ਉਹ ਦਿਨਾਂ ਦੇ ਵਿੱਚ ਆ ਕੇ ਆਪਣਾ ਮਹਾਨ ਮਾਣ ਗੁਰ ਕੀ ਸੇਵਾ ਤਪਾ ਸਿਰ ਤਪ ਸਾਰ, ਆਹ ਜੋ ਇੱਥੇ ਵੀ ਆ ਸੱਚਖੰਡ ਗੀਠਾ ਸਾਹਿਬ ਦੀ ਬਿਲਡਿੰਗ, ਦਿਨ ਰਾਤ ਹੀ ਸਾਧ ਸੰਗਤ ਰਾਤ ਠਹਿਰ ਕੇ ਦੇਖਿਓ, ਇੱਥੇ ਨਾ ਹੁਣ ਦੇਣਾ ਦਿਨ ਸਨਾ ਰਹਿਣ ਵੇਚ ਦੇਣਾ ਸ਼ਾਸਤਰ ਤਾਂ ਵਸਾ ਨਿਰੰਕਾਰਾ, ਇੱਥੇ ਨਾ ਹੁਣ ਦੇਣਾ ਨਾ ਰਾਤ ਹੈ, ਇਹ ਦਿਹਾੜੇ ਦਿਨ ਜਮ੍ਹਾਂ ਰਾਤ ਉਹਨੂੰ ਦਿਹਾੜਾ ਕਹੀ, ਇੱਥੇ ਤਾਂ ਦਿਹਾੜੇ ਚੱਲ ਰਹੇ ਨੇ। ਸੇਵਾ ਔਰ ਸਿਮਰਨ ਦੇ ਸਾਡੇ ਬੜੇ ਭਾਗ ਨੇ ਕਿ ਸੰਤ ਮਹਾਰਾਜ ਸਿਰਸਰ ਸਿਉੜਾ ਸਾਹਿਬ ਵਾਲਿਆਂ ਦੀ ਜੋ ਮਹਾਨ ਮਹਾਈ ਮਹਾਨ ਕਮਾਈਆਂ ਨੇ ਉਹਨਾਂ ਦੀਆਂ ਆ ਸਾਨੂੰ ਜੋੜ ਗਏ ਨੇ, ਫਕਰਾਂ ਫਕੀਰਾਂ ਦੀਆਂ ਇਹ ਧਰਤੀਆਂ ਦੇ ਨਾਲ, ਪਵਿੱਤਰ ਭੂਮੀ ਦੇ ਨਾਲ, ਜਿੱਥੇ ਸਹਿਜੇ ਆਨੰਦ ਵੱਜਦਾ। ਇਹ ਘਰਾਂ ਲੱਖ ਕੁ ਯਤਨ ਘਰੇ ਕਰ ਲਈਏ ਉਹ ਗੱਲ ਨਹੀਂ ਬਣਦੀ, ਇੱਥੇ ਭਾਵੇਂ ਕੋਈ ਯਤਨ ਵੀ ਨਾ ਕਰੀਏ ਸਹਿਜ ਦੇ ਵਿੱਚ ਹੀ ਮਨ ਖੁਸ਼ੀਆਂ ਖੇੜਿਆ ਆਨੰਦ ਦੇ ਵਿੱਚ ਚਲਿਆ ਜਾਣਾ। ਇਤਨਾ ਬੜਾ ਪ੍ਰਤਾਪ ਇਸ ਭੂਮੀ ਦਾ ਵਰਤ ਰਿਹਾ ਔਰ ਸੁੱਖ ਵਰਤ ਰਿਹਾ। ਭਾਗਾਂ ਵਾਲੇ ਨੇ ਜੇ ਲਾਹਾ ਲੈਂਦੇ ਨੇ, ਇਹ ਇਸ਼ਤਿਹਾਰ ਛਾਪ ਕੇ ਆਏ ਨੇ, ਮੇਰੀ ਸੁਨਿਵਰ ਬੇਨਤੀ ਹੈ ਜੋ ਧੰਨ ਧੰਨ ਦਾਦਾ ਗੁਰਦੇਵ ਮਹਾਰਾਜ ਸਾਹਿਬ ਜੀ ਦਾ ਉਹ ਵੈਰਾਗਮਈ ਸਮਾਂ ਜੋ ਆ ਰਿਹਾ ਉਹਦੇ ਸੰਬੰਧ 'ਚ ਜੋ ਇਸ਼ਤਿਹਾਰ ਛਾਪ ਕੇ ਆਏ ਨੇ ਉਹ ਆਪ ਨੇ ਬੜੇ ਪਿਆਰ ਦੇ ਨਾਲ ਲੈ ਕੇ ਜਾਣੇ ਨੇ। ਹੁਣ ਖਬਰਾਂ ਤਾਂ ਸਾਰੀਆਂ ਹੀ ਨੇ, ਇੱਕ ਚਲੋ ਇੱਕ ਰੀਤ ਚਲੀ ਆਉਂਦੀ ਹੈ ਕਿ ਇਸ਼ਤਿਹਾਰ ਛਪਦੇ ਨੇ, ਕਾਰਡ ਛਪਦੇ ਨੇ, ਮੈਸੇਜ ਦਿੱਤੇ ਜਾਂਦੇ ਨੇ, ਉਹ ਹੈ ਆਪ ਸੰਗਤਾਂ ਦਾ ਸਤਿਕਾਰ ਜਾਂ ਮਾਣ ਨੀਕ ਜਿਹੜੇ ਆਉਂਦੇ ਨੇ ਸੁਣ ਕੇ। ਸੋ ਉਹ ਸਭ ਨੇ ਆਪਦੇ ਨੇ ਨਗਰ ਟਿਕਾਣੇ ਦੇ ਉੱਤੇ ਜਿੱਥੇ ਵੀ ਸੰਗਤ ਦੀ ਇਕੱਤਰਤਾਈ ਹੁੰਦੀ ਹੈ, ਮਸਜਿਦ ਮਿਸੀ ਗੁਰਦੁਆਰਾ ਕੋਈ ਬੱਸ ਸਟੈਂਡ ਹੈ ਸਾਂਝੀ ਜਗ੍ਹਾ ਹੈ ਧਰਮਸ਼ਾਲਾ ਹੈ ਉੱਥੇ ਆਪਣੇ ਲਗਾਉਣ ਦੀ ਖੇਚਲ ਕਰਨੀ। ਹੁਣ ਸਾਡੇ ਜਨਰਲ ਸਕੱਤਰ ਗਿਆਨੀ ਭਜਨ ਸਿੰਘ ਜੀ ਪਸਿਆਣਾ ਚੰਡੀਗੜ੍ਹ ਉਹ ਕੁਛ ਬੇਨਤੀਆਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।